ਸ਼ਕਰ ਤਖਤ ਦੇ ਮਾਲਿਕ ਵਾਲੀਏ ਕੁਲ ਆਲਮ ਮੁਜਸਮੇ ਆਬੇ ਹਯਾਤ ਸਰਵਰੇ ਕਾਇਨਾਤ ਬਾਣੀ ਦੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਹਾਜ਼ਰੀ ਭਰ ਰਹੇ ਸਤਸੰਗੀ ਜਨੋ ਆਓ, ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਆਪ ਜੀ ਨੇ ਇਸ ਅਸਥਾਨ ਦੇ ਗ੍ਰੰਥੀ ਸਹਿਬਾਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਤੋਂ ਅੱਠਵੀਂ ਅਸ਼ਟਪਦੀ ਉਸ ਦਾ ਸਲੋਕ ਦੇ ਨਾਲ ਦੋ ਪਦਿਆਂ ਦੀ ਜੋ ਪਾਠ ਹੈ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਰਵਣ ਕੀਤਾ ਹੈ। ਸਤਸੰਗਤ ਜੀ, ਇਹ ਬਾਣੀ 1960 ਪੰਕਤੀਆਂ ਦਾ ਮੁਜਸਮਾ ਹੈ, 1960 ਪੰਕਤੀਆਂ ਦਾ ਮੁਜਸਮਾ ਹੈ। ਇਸ ਬਾਣੀ ਦੀ ਸ਼ੁਰੂਆਤ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਤੋਂ ਹੋ ਕਰਕੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਗਾ ਨਾਉ, ਔਰ ਇਸ ਸੰਪੂਰਨ ਬਾਣੀ ਦੇ ਵਿੱਚ ਇੱਕ ਰਹੋ ਦੀ ਪੰਕਤੀ ਹੈ ਜਿਹੜੀ ਮੈਂ ਆਪ ਜੀ ਦੇ ਨਾਲ
ਵਿਚਾਰ ਕਰਨੀ ਹੈ। ਮਾਫ ਕਰਨਾ, 1970 ਪੰਕਤੀਆਂ ਦਾ ਮੁਜੱਸਮਾ ਹੈ। ਅੱਜ ਦੀ ਜੋ ਵਿਚਾਰ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਹੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਲੱਖਣਤਾ ਇਹ ਹੈ ਕਿ ਮਹਾਰਾਜ ਕਿਸੇ ਗੱਲ ਨੂੰ ਦੋ ਪੰਕਤੀਆਂ ਦੇ ਵਿੱਚ ਵੀ ਸਮਝਾ ਦਿੰਦੇ ਹਨ ਤੇ ਉਸੇ ਗੱਲ ਦਾ ਜਦੋਂ ਮਹਾਰਾਜ ਵਿਸਥਾਰ ਕਰਦੇ ਹੈ ਤੇ ਉਸ ਵਾਸਤੇ ਮਹਾਰਾਜ 80 ਪੰਕਤੀਆਂ ਵੀ, ਜੋ ਇਸ ਸ਼ਬਦ ਆਪਣੇ ਕੋਲ ਹੈ, ਅੱਜ ਦਾ ਜੋ ਸ਼ਬਦ ਹੈ, 80 ਪੰਕਤੀਆਂ ਦੇ ਵਿੱਚ ਉਹਦਾ ਵਿਸਥਾਰ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹ ਆਤਮਕ ਰੂਹਾਂ ਜਿਹੜੀਆਂ ਰੱਬੀ ਗੁਣਾਂ ਦੇ ਨਾਲ ਸ਼ਿੰਗਾਰੀਆਂ ਹੋਈਆਂ, ਮਹਾਰਾਜ ਨੇ ਉਹਨਾਂ ਦੇ ਵਾਸਤੇ ਖਾਸ ਨਾਮ ਰੱਖੇ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮੈਂ ਫਿਰ ਦੁਹਰਾਵਾਂ, ਜਿਹੜੀਆਂ ਆਤਮਾਵਾਂ ਰੱਬੀ ਗੁਣਾਂ ਦੇ ਨਾਲ ਸ਼ਿੰਗਾਰੀਆਂ ਹੋਈਆਂ ਹਨ, ਰੱਬੀ ਗੁਣਾਂ ਦੇ ਨਾਲ ਪੋਤ ਪੋਤ ਹਨ, ਰੱਬ ਦੇ ਦੱਸੇ ਹੋਏ ਸਿਧਾਂਤ ਤੇ ਚੱਲਦੀਆਂ ਹਨ, ਉਹਨਾਂ ਵਾਸਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਖਾਸ ਨਾਮ ਦਿੱਤੇ। ਉਹਨਾਂ ਦੀ ਆਪਾਂ ਵਿਚਾਰ ਪਹਿਲਾਂ ਕਰਾਂਗੇ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਸੰਤ, ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਸਾਧ, ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਜਨ, ਤੇ ਜਿਵੇਂ ਅਸੀਂ ਸ਼ਬਦ ਸਾਡੇ ਜੋ ਸਾਹਮਣੇ ਹੈ ਅੱਜ ਦਾ ਉਹ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਸ਼ਬਦ ਪਰਿਪੂਰਨ ਪਰਮਾਤਮਾ ਵਾਸਤੇ ਵੀ ਆ ਰਿਹਾ ਤੇ ਬ੍ਰਹਮ ਗਿਆਨੀ ਸ਼ਬਦ ਪੰਜ ਭੂਤਕ ਸਰੀਰ, ਉਹ ਆਤਮਾ ਜਿਹੜੀ ਰੱਬੀ ਗੁਣਾਂ ਨਾਲ ਸ਼ਿੰਗਾਰੀ ਹੋਈ ਹੈ। ਇਸੇ ਤਰ੍ਹਾਂ ਸੰਤ ਸ਼ਬਦ, ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਚਾਰ ਰੂਪਾਂ ਦੇ ਵਿੱਚ ਆ ਰਿਹਾ, ਜੋ ਦਾਸ ਨੇ ਇਸ ਨੂੰ ਵਿਚਾਰਿਆ। ਪਹਿਲਾ ਸੰਤ ਸ਼ਬਦ ਜਿਹੜਾ ਉਹ ਆ ਰਿਹਾ, ਆਹ ਜਿਹੜੀ ਪਿਆਰੀ ਸਾਧ ਸੰਗਤ ਬੈਠੀ ਹੈ ਇਹਦੇ ਵਾਸਤੇ ਵੀ ਆ ਰਿਹਾ। ਨਾਲ ਨਾਲ ਮੈਂ ਆਪ ਜੀ ਨੂੰ ਪ੍ਰਮਾਣ ਦਿਆਂਗਾ, ਸੰਤ ਮੰਡਲ ਮਹਿ ਹਰ ਮਨ ਵਸੈ, ਇੱਥੇ ਸਾਧ ਸੰਗਤ ਦੀ ਗੱਲ ਹੋ ਰਹੀ। ਸੰਤ ਮੰਡਲ ਮੈਂ ਦੁਰਤ ਸਭ ਨਸੈ, ਇਹ ਸ਼ਬਦ ਜਿਹੜਾ ਉਹ ਸਾਧ ਸੰਗਤ ਵਾਸਤੇ ਆ ਰਿਹਾ। ਦੂਸਰਾ, ਸੰਤ ਸ਼ਬਦ ਗੁਰੂ ਵਾਸਤੇ ਵੀ ਆ ਰਿਹਾ। ਅਸੀਂ ਸ਼ਬਦ ਪੜ੍ਹਦੇ ਹਾਂ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ, ਇੱਥੇ ਜਿਹੜਾ ਸੰਤ ਸ਼ਬਦ ਹਰ ਕਿਰਪਾ ਤੇ, ਪਰਮਾਤਮਾ ਨੇ ਜਦੋਂ ਬਖਸ਼ਿਸ਼ ਕਰਨੀ ਹੈ ਤੇ ਗੁਰੂ ਨੂੰ ਮਿਲਾਉਣਾ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹੁਣ ਸੰਤ ਸ਼ਬਦ ਗੁਰੂ ਵਾਸਤੇ ਹੋ ਗਿਆ, ਸੰਤ ਸ਼ਬਦ ਸੰਗਤ ਵਾਸਤੇ ਹੋ ਗਿਆ, ਤੇ ਸੰਤ ਸ਼ਬਦ ਪਰਿਪੂਰਨ ਪਰਮਾਤਮਾ ਦੇ ਵਾਸਤੇ ਵੀ ਹੋ ਰਿਹਾ। ਪਰਿਪੂਰਨ ਪਰਮਾਤਮਾ ਦੇ ਵਾਸਤੇ ਵੀ ਜਿਹੜਾ ਹੈ ਉਹ ਸੰਤ ਸ਼ਬਦ ਜਿਹੜਾ ਆ ਰਿਹਾ। ਅਸੀਂ ਬਚਨ ਪੜ੍ਹਦੇ ਹਾਂ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਭਾ, ਇਹ ਚ ਪੰਕਤੀ ਆਉਂਦੀ ਭਾਗ ਹੋਆ ਗੁਰ
ਸੰਤ ਮਿਲਾਇਆ। ਹੁਣ ਗੁਰੂ ਨੇ ਤੈਨੂੰ ਹੇਠਾਂ ਨਹੀਂ ਸੁੱਟਣਾ, ਗੁਰੂ ਨੇ ਤੈਨੂੰ ਉੱਪਰ ਪਹੁੰਚਾਉਣਾ ਹੈ। ਭਾਗ ਹੋਵਾ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ। ਤੇ ਸੰਤ ਸ਼ਬਦ ਉਸ ਆਤਮਾ ਦੇ ਵਾਸਤੇ ਵੀ ਹੈ ਜਿਹੜਾ ਪੰਜ ਭੂਤਕ ਸਰੀਰ ਹੈ, ਜਿਹੜਾ ਰੋਜ਼ ਨਿਤਾ ਪ੍ਰਤੀ ਬਾਣੀ ਦੇ ਨਾਲ ਜੁੜਿਆ ਹੋਇਆ, ਜਿਹਦੀ ਆਪਾਂ ਵਿਚਾਰ ਕੀਤੀ। ਮਹਾਰਾਜ ਕਹਿੰਦੇ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ, ਪੂਰਨ ਸੇ ਸੰਤ। ਮਹਾਰਾਜ ਇਹ ਸੰਤ ਸ਼ਬਦ ਵੱਖ ਵੱਖ ਰੂਪਾਂ ਦੇ ਵਿੱਚ, ਵੱਖ ਵੱਖ ਪ੍ਰਕਰਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚ ਆਇਆ। ਇਸੇ ਤਰ੍ਹਾਂ ਦੂਸਰਾ ਸ਼ਬਦ ਹੈ ਸਾਧ। ਸਾਧ ਸ਼ਬਦ ਦੀ ਜਦੋਂ ਵੀ ਮੈਂ ਵਿਚਾਰ ਕਰਦਾ ਨਾ, ਮੈਂ ਭਾਈ ਗੁਰਦਾਸ ਦੀ ਇੱਕ ਪੰਕਤੀ ਲੈਣਾ। ਭਾਈ ਗੁਰਦਾਸ ਜੀ ਕਹਿੰਦੇ ਹੈ ਸਾਧ ਕੌਣ ਹੈ, ਨੌ ਦੁਆਰੇ ਸਾਧ ਜਿਹਨੇ ਆਪਣੇ ਨੌ ਦੁਆਰਿਆਂ ਤੇ ਕਾਬੂ ਕਰ ਲਿਆ। ਪਹਿਲੇ ਸਾਧ ਦਾ ਅਖਰੀ ਅਰਥ ਹੈ ਸਾਧਨਾ, ਸਾਧਨਾ ਕਰਨੀ, ਕਾਬੂ ਕਰਨਾ, ਕੰਟਰੋਲ ਕਰਨਾ। ਨੌ ਦੁਆਰੇ ਸਾਧ, ਸਾਧ ਸਦਾਇਆ, ਸਾਧ ਸਦਾਇਆ ਉਹ ਸਾਧ ਹੈ ਜਿਹਨੇ ਆਪਣੇ ਨੌ ਦੁਆਰਿਆਂ ਤੇ ਕਾਬੂ ਕਰ ਲਿਆ। ਤੀਸਰਾ ਬਚਨ ਆਪਾਂ ਲਿਆ ਸੀ ਜਨ। ਜਨ ਸ਼ਬਦ ਦੀ ਜਦੋਂ ਆਪਾਂ ਵਿਚਾਰ ਕਰਦੇ ਨਾ, ਭਗਤ ਕਬੀਰ ਜੀ ਦੇ ਸਲੋਕ ਹੈ ਜੀ, ਤਿੰਨ ਸਲੋਕ, ਉਹਨਾਂ ਤਿੰਨਾਂ ਸਲੋਕਾਂ ਦੇ ਵਿੱਚ ਭਗਤ ਕਬੀਰ ਜੀ ਪਹਿਲੇ ਸਲੋਕ ਵਿੱਚ ਰੋੜੇ ਦੀ ਗੱਲ ਕਰਦੇ ਆ। ਫਿਰ ਮਹਾਰਾਜ ਕਹਿੰਦੇ ਆ ਨਹੀਂ, ਰੋੜਾ ਵੀ ਨਹੀਂ ਕਹਿੰਦੇ ਹੋਣਾ ਚਾਹੀਦਾ, ਏਦਾਂ ਦਾ ਕਹਿੰਦੇ ਜਨ ਨਹੀਂ। ਫਿਰ ਮਹਾਰਾਜ ਉੱਥੇ ਮਿੱਟੀ ਦੀ ਗੱਲ ਕਰਦੇ ਆ, ਖੇਹ ਦੀ ਗੱਲ ਕਰਦੇ, ਧੂੜ ਦੀ ਗੱਲ ਕਰਦੇ, ਕਹਿੰਦੇ ਨਹੀਂ ਇਹ ਵੀ ਨਹੀਂ ਕਹਿੰਦੇ। ਫਿਰ ਉਸ ਤੋਂ ਬਾਅਦ ਬਾਬਾ ਕਬੀਰ ਜੀ ਪਾਣੀ ਦੀ ਗੱਲ ਕਰਦੇ ਆ, ਕਹਿੰਦੇ ਨਹੀਂ ਜਨ ਕਹਿੰਦੇ ਪਾਣੀ ਵਰਗਾ ਵੀ ਨਹੀਂ। ਫਿਰ ਕਿੱਦਾਂ ਦਾ ਕਹਿੰਦੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹੜਾ ਜਨ ਹੈ ਉਹ ਪਰਮਾਤਮਾ ਦਾ ਵਰਗਾ, ਜਨ ਜਿਹੜਾ ਉਹ ਪਰਮਾਤਮਾ ਦਾ ਰੂਪ, ਹਰ ਜਨ ਐਸਾ ਚਾਹੀਏ। ਹੁਣ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪੁੱਛੀਏ ਜਨ ਬਣਿਆ ਕਿਵੇਂ ਜਾਂਦਾ, ਮਹਾਰਾਜ ਕਹਿੰਦੇ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਜਿਹੜਾ ਪ੍ਰਾਣੀ ਨਿਸ ਦਿਨ ਰਾਤ ਤੇ ਦਿਨ ਉਹ ਪਰਮਾਤਮਾ ਦੀ ਸੁਰਤ, ਉਹਦੀ ਸੁਰਤ ਜਿਹੜੀ ਹੈ ਪਰਮਾਤਮਾ ਦੇ ਚੇਤੇ ਦੇ ਵਿੱਚ, ਉਹਦੀ ਸਿਮ੍ਰਤੀ ਦੇ ਵਿੱਚ ਲੱਗੀ ਹੋਈ ਹੈ ਨਾ, ਉਹ ਕਹਿੰਦੇ ਜਨ ਹੈ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ। ਤੀਸਰਾ ਆਪਾਂ ਸ਼ਬਦ ਚੌਥਾ ਲਿਆ ਸੀ, ਵੈਸੇ ਤੇ ਗੁਰਮੁਖ ਵੀ ਸ਼ਬਦ ਆਉਂਦਾ, ਚਲੋ ਆਪਾਂ ਚਾਰ ਕੁ ਸ਼ਬਦ ਲਏ ਹੈ। ਚੌਥਾ ਸ਼ਬਦ ਜੋ ਸਾਡੇ ਸਾਹਮਣੇ ਹੈ ਅੱਜ, ਉਹ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਜੀ। ਇੱਕ ਸ਼ਬਦ ਹੈ ਬ੍ਰਹਮ ਤੇ ਦੂਸਰਾ ਸ਼ਬਦ ਹੈ ਗਿਆਨ। ਹੁਣ ਜਿਸ ਨੂੰ ਬ੍ਰਹਮ ਦਾ ਗਿਆਨ ਹੈ ਉਹਨੂੰ ਅਸੀਂ ਗਿਆਨੀ ਕਹਿੰਦੇ। ਬ੍ਰਹਮ ਅਖਰੀ ਅਰਥ ਹੈ ਪਰਿਪੂਰਨ ਪਰਮਾਤਮਾ। ਸੰਸਕ੍ਰਿਤ ਭਾਸ਼ਾ ਦੇ ਵਿੱਚ ਜਿਹੜਾ ਬ੍ਰਹਮ ਸ਼ਬਦ ਹੈ ਨਾ, ਉਹ ਬ੍ਰਹੋ ਧਾਤ ਤੋਂ ਲਿਆ ਗਿਆ। ਬ੍ਰਹੋ ਧਾਤ ਦਾ ਅਖਰੀ ਅਰਥ ਹੈ ਜਿਹੜਾ ਆਪਣੇ ਆਪ ਦੇ ਵਿੱਚ ਵਧਿਆ ਹੋਇਆ ਵੈ, ਜਿਹੜਾ ਆਪਣੇ ਆਪ ਦੇ ਵਿੱਚ ਵਧਿਆ ਹੋਇਆ ਵੈ, ਜਿਹਦੇ ਵਿੱਚ ਕਦੀ ਵੀ ਕਮੀ ਨਹੀਂ ਆ ਰਹੀ, ਉਹਦਾ ਘਾਟਾ ਨਹੀਂ ਆ ਰਿਹਾ, ਉਹਦਾ ਆਕਾਰ ਨਹੀਂ ਛੋਟਾ ਹੋ ਰਿਹਾ, ਉਹਨੂੰ ਪਰਮਾਤਮਾ ਕਿਹਾ। ਹੁਣ ਦੇਖੋ ਨਾ, ਚਾਹੇ ਇੱਥੇ ਰਾਜਾ ਆਵੇ, ਚਾਹੇ ਰੰਖ ਆਵੇ, ਚਾਹੇ ਬੱਚਾ ਆਵੇ, ਚਾਹੇ ਜਵਾਨ, ਚਾਹੇ ਬੁਢਾਪਾ, ਕੋਈ ਵੀ ਆ ਜਾਵੇ ਇੱਥੇ, ਕੋਈ ਚਾਹੇ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ, ਈਸਾਈ, ਕੋਈ ਵੀ ਆ ਜਾਵੇ, ਉਹ ਪਰਮਾਤਮਾ ਦੇ ਅੱਗੇ ਹੱਥ ਫੈਲਾਉਂਦਾ। ਇਹਦਾ ਮਤਲਬ ਕਿ ਉਹਦੇ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਸਾਰਿਆਂ ਦੀਆਂ ਜਿਹੜੀਆਂ ਝੋਲੀਆਂ
ਪੜ੍ਹ ਸਕਦਾ ਹੈ। ਇਸ ਲਈ ਜਿਹੜਾ ਬ੍ਰਹਮ ਸ਼ਬਦ ਹੈ ਨਾ, ਉਹਦਾ ਸੰਸਕ੍ਰਿਤ ਦੇ ਵਿੱਚ ਅਰਥ ਹੈ ਜਿਹੜਾ ਵਧਿਆ ਹੋਇਆ ਹੈ, ਜਿਹਦੇ ਵਿੱਚ ਕਦੀ ਵੀ ਕਮੀ ਨਹੀਂ ਆ ਸਕਦੀ, ਕਿਸੇ ਕਿਸਮ ਦਾ ਘਾਟਾ ਨਹੀਂ ਆ ਸਕਦਾ। ਤੇ ਬ੍ਰਹਮ ਤੋਂ ਬਾਅਦ ਹੈ ਗਿਆਨ। ਹੁਣ ਗਿਆਨ ਉਸ ਪਰਮਾਤਮਾ ਦਾ ਗਿਆਨ, ਉਸ ਰੂਹਾਨੀਅਤ ਦਾ ਗਿਆਨ ਜਿਹਦੇ ਅੰਦਰ ਹੈ, ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਅੱਗੇ ਚਲੀਏ ਆਪਾਂ ਥੋੜਾ ਜਿਹਾ। ਅੱਜ ਦਾ ਜੋ ਸਲੋਕ ਹੈ ਨਾ, ਆਪਾਂ ਦੋ ਤਿੰਨ ਪ੍ਰਮਾਣ ਲੈ ਲਈਏ ਬ੍ਰਹਮ ਗਿਆਨੀ। ਇੱਕ ਬੜਾ ਪਿਆਰਾ ਸ਼ਬਦ ਮੈਂ ਸਵੇਰੇ ਆਉਂਦਿਆਂ ਆਉਂਦਿਆਂ ਦੇਖ ਰਿਹਾ ਸੀਗਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਮਹਾਰਾਜ ਕਹਿੰਦੇ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਜਦੋਂ ਤੂੰ ਆਪਣੀ ਸੁਰਤ ਨੂੰ ਉਸ ਸ਼ਬਦ ਦੇ ਨਾਲ ਜੋੜੇਗਾ, ਸੁਰਤੀ ਕੇ ਮਾਰਗ ਚੱਲ ਕੇ, ਫਿਰ ਕੀ ਹੋਏਗੀ ਤੇਰੀ ਅਵਸਥਾ? ਉਲਟੀ ਨਦਰ, ਜੋ ਕੁਛ ਤੂੰ ਉਸ ਤੋਂ ਪਹਿਲਾਂ ਦੇਖ ਰਿਹਾ ਸੀ, ਤੇਰੀ ਨਜ਼ਰ ਤੇਰੀ ਨਿਗਾਹ ਉਲਟ ਹੋ ਜਾਵੇਗੀ, ਉਹਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਵੇਗਾ। ਫਿਰ ਅੱਗੇ ਮਹਾਰਾਜ ਕਹਿੰਦੇ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸੀ। ਫਿਰ ਮਹਾਰਾਜ ਕਹਿੰਦੇ, ਹੇ ਬ੍ਰਹਮ ਗਿਆਨੀ, ਤੁਸੀਂ ਕਹਿੰਦੇ ਇਸ ਵਿਚਾਰ ਨੂੰ ਦੱਸੋ, ਕਿਉਂਕਿ ਤੁਹਾਡੀ ਸੁਰਤ ਦੇ ਵਿੱਚ ਸ਼ਬਦ ਆ ਗਿਆ, ਤੁਸੀਂ ਇਸ ਵਿਚਾਰ ਨੂੰ ਦੱਸੋ, ਕੌਣ ਗਿਰਹੀ ਕੌਣ ਉਦਾਸੀ? ਬੜੇ ਧਿਆਨ, ਕੌਣ ਗਿਰਹੀ? ਜੇਕਰ ਗ੍ਰਿਸਤੀ ਗ੍ਰਿਸਤ ਕੁਮਾਰੀਆ ਉਹਦੀ ਜ਼ਿੰਦਗੀ ਦੇ ਵਿੱਚ ਸ਼ਬਦ ਨਹੀਂ ਹੈ, ਉਹ ਪਰਮਾਤਮਾ ਦੇ ਸਿਧਾਂਤ ਤੇ ਉਹਦਾ ਗ੍ਰਿਸਤ ਜਿਹੜਾ ਉਹ ਵਿਅਰਥ ਹੈ। ਉਦਾਸੀ ਜਿਹੜਾ ਕਹਿੰਦਾ ਮੈਂ ਸੰਸਾਰ ਦੇ ਝਮੇਲਿਆਂ ਤੋਂ ਉਦਾਸ ਹੋ ਕੇ ਕਿਤੇ ਬੀਆਬਾਨ ਜਾ ਕੇ ਬੈਠਦਾ, ਮਹਾਰਾਜ ਕਹਿੰਦੇ ਆ ਇਹ ਪਖੰਡ ਹੋਵੇਗਾ ਤੇਰਾ, ਜੇਕਰ ਤੇਰੇ ਅੰਦਰ ਤੂੰ ਉਦਾਸ ਵੀ ਹੋਇਆ, ਸੰਸਾਰ ਦੀ ਖਾਹਿਸ਼ਾਂ ਨੂੰ ਛੱਡਿਆ, ਤੇ ਫਿਰ ਵੀ ਤੇਰੇ ਅੰਦਰ ਪਰਮਾਤਮਾ ਸ਼ਬਦ ਦਾ ਗਿਆਨ ਨਹੀਂ ਆਇਆ, ਮਹਾਰਾਜ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ। ਦੂਸਰਾ ਪ੍ਰਮਾਣ, ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਇਹ ਸੰਸਾਰ ਵਿਕਾਰ ਸੰਸੇਮਹਿ ਹੈ ਤਰਿਓ ਬ੍ਰਹਮ। ਇਹਦਾ ਮਤਲਬ, ਇਸ ਸੰਸਾਰ ਤੋਂ ਜੇਕਰ ਆਪਾਂ ਤਰਨਾ ਚਾਹੁੰਦੇ ਨਾ, ਵੈਸੇ ਮੈਂ ਇੱਕ ਬੇਨਤੀ ਕਰਦਿਆਂ, ਇਸ ਸ਼ਬਦ ਦਾ, ਸੰਤ ਸ਼ਬਦ ਦਾ, ਸਾਧ ਸ਼ਬਦ ਦਾ ਇਸਤੇਮਾਲ ਬਹੁਤ ਜ਼ਿਆਦਾ ਗਲਤ ਤਰੀਕੇ ਦੇ ਨਾਲ ਕੀਤਾ ਜਾ ਰਿਹਾ। ਹਰ ਬੰਦਾ ਕਹਿੰਦਾ ਕਿ ਮੈਂ ਬ੍ਰਹਮ ਗਿਆਨੀ ਹਾਂ, ਜਿਹਨੇ ਚਿੱਟਾ ਚੋਲਾ ਪਾ ਲਿਆ, ਚਿੱਟੇ ਵਸਤਰ ਪਾ ਲਏ, ਚਾਰ ਦਿਨ ਬਾਣੀ ਪੜਨ ਲੱਗ ਪਿਆ, ਉਹ ਚਾਹੁੰਦਾ ਕਿ ਮੇਰੇ ਆਸੇ ਪਾਸੇ ਚਾਰ ਪੰਜ ਐਸੇ ਪੇਡ ਜਿਹਨਾਂ ਨੂੰ ਮੈਂ ਪੈਸੇ ਦੇ ਰਿਹਾ, ਉਹ ਐਸੇ ਹੋਣ ਜਿਹੜੇ ਮੈਨੂੰ ਫੇਸਬੁੱਕ ਤੇ ਹਮੇਸ਼ਾ। ਇਸ ਸ਼ਬਦ ਦਾ ਬੜਾ ਗਲਤ ਇਸਤੇਮਾਲ ਹੋ ਰਿਹਾ, ਲੇਕਿਨ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਗੁਣ ਦੱਸੇ ਹੈ ਵੀ ਕਿਹੜੇ ਗੁਣ ਹਨ ਬ੍ਰਹਮ ਗਿਆਨੀ ਦੇ। ਅੱਗੇ ਆਪਾਂ ਜਦੋਂ ਸ਼ਬਦ ਦਾ ਵਿਸਥਾਰ ਕਰਾਂਗੇ ਉਹ ਗੁਣ ਆਉਣਗੇ। ਮੈਂ ਜਿਹੜੀ ਬੇਨਤੀ ਕਰਨੀ ਚਾਹ ਰਿਹਾ ਸੀਗਾ, ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ, ਤਰਿਓ ਬ੍ਰਹਮ। ਜੇ ਤੂੰ ਇਸ ਸੰਸਾਰ ਤੋਂ ਤਰਨਾ ਚਾਹੁੰਦਾ ਤੇ ਤੈਨੂੰ ਪਰਿਪੂਰਨ ਪਰਮਾਤਮਾ ਦੇ ਗਿਆਨ ਦਾ, ਰੂਹਾਨੀਅਤ ਦੇ ਗਿਆਨ ਦਾ ਹੋਣਾ ਤੇਰੇ ਅੰਦਰ ਬਹੁਤ ਜ਼ਰੂਰੀ ਹੈ। ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ। ਹਾਂ, ਅੱਗੇ ਚਲੀਏ। ਜਿਹੜਾ ਵੀ ਬ੍ਰਹਮ ਗਿਆਨੀ ਹੋਵੇਗਾ, ਮੈਂ ਨੀ ਕਹਿੰਦਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ,
ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹਦੇ ਅੰਦਰ ਬ੍ਰਹਮ ਦਾ ਪ੍ਰਕਾਸ਼ ਹੋਵੇਗਾ, ਬ੍ਰਹਮ ਦਾ ਵਾਸਾ ਹੋਵੇਗਾ, ਪਰਮਾਤਮਾ ਉਹਦੇ ਅੰਦਰ ਵਸਦਾ ਹੋਵੇਗਾ। ਔਰ ਪਰਮਾਤਮਾ ਜਦੋਂ ਵਸਦਾ ਨਾ, ਫਿਰ ਉਹ ਕਿੱਦਾਂ ਵਸੇਗਾ? ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੂਰਠ ਰਾਗ ਦੇ ਵਿੱਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹ ਸ਼ਬਦ ਦੀਆਂ ਆਖਰੀ ਪੰਕਤੀਆਂ। ਆਸਾ ਮਨਸਾ ਸਗਲ ਤਿਆਗੇ, ਜਿਹਦੇ ਅੰਦਰ ਬ੍ਰਹਮ ਦਾ ਪ੍ਰਕਾਸ਼ ਹੈ, ਜਿਹਦੇ ਅੰਦਰ ਬ੍ਰਹਮ ਦਾ ਵਾਸਾ, ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ। ਦੂਸਰਾ ਕਹਿੰਦੇ ਕਾਮ ਕ੍ਰੋਧ ਜੇ ਪਰਸੇ ਨਾ ਹੈ ਨਾ, ਦੇਹ ਘਟ ਬ੍ਰਹਮ ਨਿਵਾਸਾ। ਕਾਮ ਕ੍ਰੋਧ ਇਹ ਦੋਨੋਂ ਚੀਜ਼ਾਂ ਤੋਂ ਉਹ ਇਹਨਾਂ ਨੂੰ ਤਿਆਗ ਚੁੱਕਾ ਵੈ, ਇਹਨਾਂ ਤੋਂ ਦੂਰ ਜਾ ਚੁੱਕਾ। ਕਾਮ ਕ੍ਰੋਧ ਜੇ ਪਰਸੇ ਨਾ ਹੈ, ਪਰਸੇ ਸਾਧ ਸੰਗਤ ਜੀ ਇੱਕ ਹੁੰਦਾ ਵੈ ਕਿਸੇ ਚੀਜ਼ ਨੂੰ ਪਕੜ ਕੇ ਆਪਣੀ ਜੇਬ ਚ ਪਾਉਣਾ, ਅੰਦਰ ਪਾਉਣਾ, ਇੱਥੇ ਸ਼ਬਦ ਹੈ ਪਰਸੇ ਨਾ ਹੈ ਕਿ ਕਾਮ ਕ੍ਰੋਧ ਉਹਦੇ ਲਾਗੇ ਵੀ ਨਾ ਹੋਵੇ, ਉਸ ਨੂੰ ਪਕੜ ਕੇ ਵਰਤਣਾ ਉਹ ਤੇ ਵੱਖਰੀ ਗੱਲ ਹੈ। ਮਹਾਰਾਜ ਕਹਿੰਦੇ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾ ਹੈ ਤੇ ਘਟ ਬ੍ਰਹਮ ਨਿਵਾਸਾ। ਹੁਣ ਅੱਗੇ ਚਲੀਏ, ਤੁਸੀਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਵੱਈਏ ਪੜ੍ਹਦੇ ਹੋ ਤੇ ਪੱਟ ਸਾਹਿਬਾਨ ਨੂੰ ਕਹਿਣਾ ਪਿਆ, ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜਨਮ ਤੋਂ ਹੀ ਤੁਹਾਨੂੰ ਗੁਰੂ ਦੀ ਮਤ ਦੇ ਨਾਲ ਪਰਿਪੂਰਨ ਪਰਮਾਤਮਾ ਦੀ ਪਹਿਚਾਣ ਹੈ, ਉਹਦੇ ਨਾਲ ਤੁਹਾਡੀ ਪਹਿਚਾਣ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਅੱਗੇ ਕਹਿੰਦੇ ਕੱਲ ਜੋੜ ਕਰ ਸੁਜਸ ਵਖਾਣਿਓ। ਪੱਟ ਸਾਹਿਬਾਨ ਕਹਿੰਦੇ ਮੈਂ ਹੱਥ ਜੋੜ ਕੇ ਇਸ ਗੱਲ ਦਾ, ਕਲਸ ਹਾਰ ਭੱਟ ਕਹਿ ਰਹੇ, ਮੈਂ ਹੱਥ ਜੋੜ ਕੇ ਇਸ ਗੱਲ ਦਾ ਵਖਿਆਨ ਕਰ ਰਿਹਾ। ਅੱਗੇ ਇੱਕ ਹੋਰ ਲੈ ਲਈਏ ਗੁਰੂ ਸਾਹਿਬ ਦਾ ਹੀ ਸਵਈਆ, ਜਗ ਔਰ ਨ ਯਾਹੇ ਮਹਾਤਮ ਮੈਂ ਅਵਤਾਰ, ਕਿਉਂਕਿ ਬ੍ਰਹਮ ਗਿਆਨੀ ਬਣਨ ਤੋਂ ਪਹਿਲਾਂ ਉਹਦੇ ਅੰਦਰ ਬ੍ਰਹਮ ਦਾ ਨਿਵਾਸ ਹੋਣਾ ਚਾਹੀਦਾ, ਪਰਮਾਤਮਾ ਹੈ ਤੇ ਉਹ ਗਿਆਨੀ ਹੈ। ਮਹਾਰਾਜ ਕਹਿੰਦੇ ਜਗ ਔਰ ਨ ਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਣ ਕੀਓ, ਤਿਨਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੂਕੇ ਹਿਰੇ ਮਨ ਭੇਦ ਬਿਭੇਦ ਨਾ ਜਾਣ ਪੀਓ, ਪਰ ਤਛ ਹਿਰਦੇ ਗੁਰ ਅਰਜੁਨ ਕੇ ਹਰ ਪੂਰਨ ਬ੍ਰਹਮ ਨਿਵਾਸ। ਹਰ ਪੂਰਨ ਬ੍ਰਹਮ, ਬ੍ਰਹਮ ਗਿਆਨੀ, ਇਟ ਇਜ਼ ਨੋਟ ਈਜ਼ੀ, ਇਹ ਇੰਨਾ ਆਸਾਨ ਨਹੀਂ ਹੈ ਕਿ ਅਸੀਂ ਆਪਣੇ ਨਾਂ ਦੇ ਨਾਲ ਫੁੱਲਾਂ ਦੀ ਵਰਖਾ ਕਰਾ ਲਈ ਤੇ ਆਹ ਕਰ ਲਿਆ ਉਹ ਕਰ ਲਿਆ, ਨਹੀਂ ਸਾਧ ਸੰਗਤ ਜੀ। ਹਰ ਪੂਰਨ ਬ੍ਰਹਮ ਨਿਵਾਸ ਲਿਓ, ਪ੍ਰਤੱਛ ਹਿਰਦੇ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਇੱਕ ਹੋਰ ਅੱਗੇ ਚਲੀਏ ਆਪਾਂ, ਭਾਈ ਗੁਰਦਾਸ ਜੀ ਨੂੰ ਪੁੱਛ ਲਈਏ ਇਸ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ। ਭਾਈ ਗੁਰਦਾਸ ਜੀ ਨਾ ਚਾਰ ਜਣਿਆਂ ਦਾ ਜ਼ਿਕਰ ਕਰਦੇ ਆਪਣੀ ਵਾਰ ਦੇ ਵਿੱਚ। ਪਹਿਲਾ ਜ਼ਿਕਰ ਕਰਦੇ ਆ ਜੀ ਸਾਧ ਦਾ, ਦੂਸਰਾ ਜ਼ਿਕਰ ਕਰਦੇ ਆ ਵਿਵੇਕੀ ਦਾ, ਤੀਸਰਾ ਜ਼ਿਕਰ ਕਰਦੇ ਆ ਭਗਤ ਦਾ, ਤੇ ਚੌਥਾ ਜ਼ਿਕਰ ਕਰਦੇ ਆ ਬ੍ਰਹਮ ਗਿਆਨੀ ਦਾ, ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਫਰਮਾਉਂਦੇ ਗੁਰਮੁਖ ਸਾਧ ਅਸਾਧ, ਸਾਧ ਵਖਾਣੀ ਹੈ, ਜਿਸ ਸਾਧ ਨੇ ਆਪਣੇ ਮਨ ਨੂੰ ਸਾਧ ਲਿਆ, ਉਹਨੂੰ ਕਾਬੂ ਕਰ ਲਿਆ ਨਾ, ਅਸਲੀ ਸਾਧ ਹੋ ਗਈ। ਠੀਕ ਹੈ ਜੀ, ਗੁਰਮੁਖ ਸਾਧ ਅਸਾਧ, ਅਸਾਧ ਜਿਹੜਾ ਅਸਾਧਿਆ ਜਾਨਵਰ, ਜਿਹੜਾ ਅਸਾਧਿਆ ਹੈ,
ਜਿਹਨੂੰ ਸਾਧਿਆ ਨਹੀਂ ਜਾ ਸਕਦਾ, ਕਿਉਂਕਿ ਜਿੰਨੇ ਵੀ ਪੁਆੜੇ ਆ ਇਹ ਮਨ ਦੇ ਕਰਕੇ ਹੀ ਆ। ਇਸੇ ਲਈ ਮਹਾਰਾਜ ਨੇ ਕਿਹਾ ਮਨ ਜੀਤੈ ਜਗ ਜੀਤ, ਕਿਤੇ ਇਹ ਮਨ ਪਰ ਮਨ ਕਾਬੂ ਆਵੇਗਾ, ਕਿੱਦਾਂ ਆਵੇਗਾ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ, ਉਹਦੀ ਬਖਸ਼ਿਸ਼ ਤੋਂ ਬਗੈਰ ਨਹੀਂ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ, ਗੁਰਮੁਖ ਬੁੱਧ ਜਿਹਦੀ ਬੁੱਧ ਵਿੱਚ ਸਾਰਾ ਕੁਛ ਛੱਡ ਕੇ ਆਸਾ ਪਾਸਾ ਇੱਕ ਆ ਗਿਆ ਨਾ, ਜਿਹੜਾ ਇੱਥੇ ਆਵੇਗਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇੱਕ ਸਬਿਨ, ਇੱਕ ਤੋਂ ਬਗੈਰ। ਵਿਵੇਕੀ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ, ਬਿਬ ਤੇ ਏਕ। ਬਿਬ ਦਾ ਮਤਲਬ ਹੈ ਦੂਜਾਪਨ, ਜਦੋਂ ਉਹ ਦੂਜਾਪਨ ਛੱਡ ਕੇ ਇੱਕ ਦੇ ਨਾਲ ਜੁੜ ਗਿਆ ਉਹ ਵਿਵੇਕੀ ਬਣ ਗਿਆ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ, ਗੁਰਮੁਖ ਭਾਉ ਭਗਤ ਭਗਤ ਪਹਿਚਾਨੀ ਪਛਾਣੀ ਹੈ। ਜਿਹਦੇ ਅੰਦਰ ਪਿਆਰ ਆ ਗਿਆ ਤੇ ਉਸ ਪਰਮਾਤਮਾ ਦੀ ਭਗਤੀ ਆ ਗਈ ਨਾ, ਅਸਲੀ ਭਗਤ ਉਹੀ ਹੈ। ਫਿਰ ਅੱਗੇ ਕਹਿੰਦੇ ਗੁਰਮੁਖ ਬ੍ਰਹਮ ਗਿਆਨ ਗਿਆਨੀ ਬਾਣੀ ਹੈ, ਜਿਹਦੇ ਅੰਦਰ ਬ੍ਰਹਮ ਦਾ ਗਿਆਨ ਆ ਗਿਆ ਅਸਲੀ ਬ੍ਰਹਮ ਗਿਆਨੀ ਕਹਿੰਦੇ ਉਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਬ੍ਰਹਮ ਗਿਆਨ ਗਿਆਨੀ ਵਖਾਣ ਗਿਆਨੀ ਬਾਣੀ ਹੈ। ਮੈਂ ਬੇਨਤੀ ਕਰ ਰਿਹਾ ਸੀਗਾ, ਬ੍ਰਹਮ ਗਿਆਨੀ ਇੱਕ ਅਵਸਥਾ ਦਾ ਨਾਮ ਹੈ ਜੀ। ਬ੍ਰਹਮ ਗਿਆਨੀ ਉਸ ਅਵਸਥਾ ਦਾ ਨਾਮ ਜਿਹਦੀ ਆਤਮਾ ਰੱਬੀ ਗੁਣਾਂ ਦੇ ਨਾਲ ਸ਼ਿੰਗਾਰੀ ਹੋਈ ਹੈ। ਗੁਰੂ ਅਰਜਨ ਦੇਵ ਜੀ ਨਾ ਮਹਾਰਾਜ ਇੱਥੇ ਨਾ, ਵੈਸੇ ਤੇ ਬ੍ਰਹਮ ਗਿਆਨੀ ਦੇ ਬਹੁਤ ਸਾਰੇ ਗੁਣ ਹੈ, ਲੇਕਿਨ ਇਹ ਜਿਹੜੇ ਤਿੰਨ ਗੁਣ ਮਹਾਰਾਜ ਨੇ ਦੱਸੇ ਨਾ, ਇਹਨਾਂ ਦੇ ਵਿੱਚੋਂ ਹੀ ਬਾਕੀ ਗੁਣ ਨਿਕਲਦੇ ਆ। ਪਹਿਲਾ ਮਹਾਰਾਜ ਗੱਲ ਕਰਦੇ ਆ ਮਨ ਦੀ, ਦੂਸਰਾ ਮਹਾਰਾਜ ਗੱਲ ਕਰਦੇ ਆ ਉਹਦੇ ਮੁਖ ਦੀ, ਤੀਸਰਾ ਮਹਾਰਾਜ ਗੱਲ ਕਰਦੇ ਆ ਉਹਦੀ ਨਿਗਾਹ ਦੀ। ਮਨ ਸਾਚਾ ਮੁਖ ਸਾਚਾ, ਉਹਦੇ ਮਨ ਦੇ ਵਿੱਚ ਵੀ ਪਰਿਪੂਰਨ ਪਰਮਾਤਮਾ ਦਾ ਵਾਸ ਆ, ਉਹਦੇ ਅੰਦਰ ਉਹ ਕਦੀ ਵੀ ਇੱਕ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਹੋਰ ਕਿਤੇ ਕਰਮ ਕਾਂਡਾ ਵਿੱਚ। ਇੱਕ ਮੈਂ ਨਾ ਮੇਰੇ ਕੱਲ ਦੀ ਗੱਲ ਅੰਦਰ ਆ ਰਹੀ ਸੀਗੀ, ਮੈਂ ਕਈ ਵਾਰ ਰੋਕੀ ਵੀ ਹੈ ਵੀ ਨਾ ਕਿਵਾਂ ਲਾਈਵ ਤੇ। ਆਪੂ ਬਣਿਆ ਇੱਕ ਬ੍ਰਹਮ ਗਿਆਨੀ ਜਿਹੜਾ ਕਹਿ ਰਿਹਾ ਕਿ ਰੱਬ ਨੂੰ ਮੈਂ ਪ੍ਰਾਪਤ ਕਰ ਲਿਆ, ਉਹ ਕਹਿ ਰਿਹਾ ਹੁਣ ਉਹਦੇ ਕੋਲੋਂ ਗਲਤੀ ਹੋਈ ਹੈ, ਕਿਸੇ ਸਭਾ ਦੇ ਵਿੱਚ ਗਿਆ ਤੇ ਹੁਣ ਆਪਣੀ ਸਫਾਈ ਦੇ ਰਿਹਾ, ਕਹਿੰਦਾ ਮੈਂ ਭੁਲੇਖੇ ਦੇ ਨਾਲ ਭਰਮ ਦੇ ਨਾਲ ਚਲਾ ਗਿਆ। ਜਿਹੜਾ ਬ੍ਰਹਮ ਗਿਆਨੀ ਭਰਮ ਦੇ ਵਿੱਚ ਪਿਆ ਹੋਇਆ ਉਹਨੂੰ ਉਤੋਂ ਅਸੀਂ ਕੀ ਆਸ ਕਰ ਸਕਦੇ? ਮੈਂ ਉਹਦਾ ਨਾਮ ਨਹੀਂ ਲੈਣਾ ਉਹਦਾ। ਜਿਹੜਾ ਬ੍ਰਹਮ ਗਿਆਨੀ ਭੁਲੇਖੇ ਦੇ ਵਿੱਚ ਹੈ, ਭਰਮ ਦੇ ਵਿੱਚ ਹੈ, ਜਾਂ ਉਹ ਇਹ ਗੱਲ ਕਹਿ ਰਿਹਾ ਕਿ ਮੈਨੂੰ ਕੋਈ ਵਰਗ ਲਾ ਕੇ ਉਸ ਜਗ੍ਹਾ ਤੇ ਲੈ ਗਿਆ, ਤੇ ਉਹ ਕਿੱਥੋਂ ਆਪਣੇ ਆਪ ਨੂੰ ਬ੍ਰਹਮ ਗਿਆਨੀ? ਖੈਰ ਮਹਾਰਾਜ ਪਰਮਾਉਂਦੇ ਮਨ ਸਾਚਾ। ਮੈਂ ਪਹਿਲਾਂ ਹੀ ਬੇਨਤੀ ਕੀਤੀ ਆ, ਪੰਜਾਬ ਦੇ ਵਿੱਚ ਤੇ ਬ੍ਰਹਮ ਗਿਆਨੀਆਂ ਦੀਆਂ ਡਿਗਰੀਆਂ ਦਿੰਦੇ ਆ, ਡਿਗਰੀਆਂ ਵਿਕਦੀਆਂ ਪੰਜਾਬ ਦੇ ਵਿੱਚ ਕਿ ਇਹ ਹੁਣ ਬ੍ਰਹਮ ਗਿਆਨੀ ਬਣ ਗਿਆ ਇਹਦੀ ਡਿਗਰੀ ਆ ਦੀ। ਮਹਾਰਾਜ ਫਰਮਾਉਂਦੇ ਮਨ ਸਾਚਾ ਮੁਖ ਸਾਚਾ ਸੋਏ, ਉਹਦੇ ਅੰਦਰ ਮੂੰਹ ਦੇ ਅੰਦਰ ਵੀ ਜਿਹੜਾ ਮਨ ਦੇ ਅੰਦਰ ਵੀ ਪਰਿਪੂਰਨ ਪਰਮਾਤਮਾ ਦਾ ਵਸਾ, ਉਹਦੀ ਜ਼ਬਾਨ ਤੇ ਉਹਦੇ ਮੁਖ ਦੇ ਵਿੱਚ ਵੀ ਪਰਿਪੂਰਨ ਪਰਮਾਤਮਾ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਬਿਨ ਕੋਈ। ਇੱਥੇ ਮੈਂ ਦੋ ਪ੍ਰਮਾਣ ਦੇਣਾ ਚਾਹਾਂਗਾ। ਜਾਗਤ ਜੋਤ ਜਪੈ ਨਿਸ ਬਾਸੁਰ,
ਅਵਰ ਨ ਪੇਖੈ ਏਕਸ ਬਿਨ ਕੋਇ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ। ਉਹਦਾ ਮਨ ਇੱਕ ਤੋਂ ਬਗੈਰ ਕਿੱਦਾਂ ਕਿਸੇ ਪਾਸੇ ਚਲਾ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਹੈ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਦੇ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ। ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ, ਜਿੰਨੇ ਅੱਜ ਸਿੱਖ ਜਿਹੜੇ ਆ ਨਾ ਉਹ ਕਬਰਾਂ ਤੇ ਜਾ ਕੇ ਮੱਥੇ ਟੇਕਦੇ ਪਏ ਆ ਨਾ, ਮਾਫ ਕਰਨਾ ਕਿਤੇ ਮੁਸਲਮਾਨ ਨੂੰ ਤੁਸੀਂ ਕਹਿ ਕੇ ਦੇਖੋ, ਉਹ ਕਦੀ ਵੀ ਕਬਰ ਤੇ ਨਹੀਂ ਜਾਵੇਗਾ। ਉਹ ਸਭ ਕਹਿ ਰਿਹਾ ਕਿ ਕਬਰ ਤੇ ਜਾ ਕੇ ਮੱਥਾ ਟੇਕਣਾ ਸਾਡੀ ਕੁਰਾਨ ਦੇ ਮੁਤਾਬਕ ਹਰਾਮ ਹੈ। ਤੇ ਮਹਾਰਾਜ ਕਹਿੰਦੇ ਅਵਰ ਨ ਪੇਖੈ ਏਕਸ ਬਿਨ ਕੋਈ। ਇੱਕ ਹੋਰ ਪ੍ਰਮਾਣ ਜੀ, ਮਹਾਰਾਜ ਕਹਿੰਦੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਇੱਕ ਅਸੀਂ ਬਚਨ ਪੜ੍ਹਦੇ ਹਾਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀਂ, ਮੇਰੀ ਅੱਖ ਤੇ ਧਿਰ ਤੋਂ ਬਗੈਰ ਕਿਤੇ ਹੋਰ ਪਾਸੇ ਜਾਂਦੀ ਨਹੀਂ ਕਹਿੰਦੇ। ਪਾਏ ਗਹੇ ਜਦੋਂ ਮੈਂ ਤੇਰੇ ਪੈਰ ਪਕੜ ਲਏ, ਜਦੋਂ ਮੈਂ ਤੇਰੇ ਚਰਨ ਪਕੜ ਲਏ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀਂ, ਆਨੇ ਉਹ ਤੇਰੇ ਤੋਂ ਬਗੈਰ ਮੈਂ ਕਿਤੇ ਹੋਰ ਨਹੀਂ। ਮਹਾਰਾਜ ਇੱਥੇ ਫਰਮਾਉਂਦੇ ਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹਨਾਂ ਤਿੰਨਾਂ ਲੱਛਣਾਂ ਚੋਂ ਬਾਕੀ ਦੇ ਗੁਣ ਨਿਕਲਨੇ ਆ, ਇਹ ਉਹਦਾ ਜੜਾ ਹਨ। ਇਹਦੇ ਚੋਂ ਅੱਗੇ ਸ਼ੁਰੂਆਤ ਹੋਣੀ ਹੈ। ਅੱਗੇ ਮਹਾਰਾਜ ਫਰਮਾਉਂਦੇ ਆ ਅਸ਼ਟਪਦੀ ਬ੍ਰਹਮ ਗਿਆਨੀ, ਪਹਿਲੀ ਪੰਕਤੀ ਜੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਉਹ ਸੰਸਾਰੀ ਝਮੇਲਿਆਂ ਦੇ ਵਿੱਚ, ਸੰਸਾਰ ਦੇ ਵਿਕਾਰਾਂ ਦੇ ਵਿੱਚ ਉਹਦੇ ਤੋਂ ਹਮੇਸ਼ਾ ਉਹ ਨਿਰਲੇਪ ਹੈ, ਉਹਦੇ ਤੇ ਇਹਨਾਂ ਦਾ ਅਸਰ ਨਹੀਂ ਰਹਿੰਦਾ। ਸੰਸਾਰ ਚ ਹੀ ਹੈ, ਸੰਸਾਰ ਨੂੰ ਨਹੀਂ ਛੱਡਦਾ, ਕਿਉਂਕਿ ਸੰਸਾਰ ਨੂੰ ਛੱਡਣਾ ਹੁੰਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਪੂਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਮਹਾਰਾਜ ਕਹਿੰਦੇ ਨਹੀਂ, ਤੂੰ ਕਹਿੰਦੇ ਘਰ ਨੂੰ ਛੱਡਿਆ ਹੈ ਦੁੱਖਾਂ ਕਰਕੇ, ਤੂੰ ਘਰ ਨੂੰ ਛੱਡਿਆ ਹੈ ਘਰ ਦੀਆਂ ਜਿਹੜੀਆਂ ਲੋੜਾਂ ਉਹਨਾਂ ਤੋਂ ਭੱਜ ਕੇ। ਮਹਾਰਾਜ ਕਹਿੰਦੇ ਨਹੀਂ, ਇੱਥੇ ਮਹਾਰਾਜ ਕਹਿੰਦੇ ਆ ਬ੍ਰਹਮ ਗਿਆਨੀ ਸਦਾ ਨਿਰਲੇਪ, ਜਿਹੜਾ ਬ੍ਰਹਮ ਗਿਆਨੀ ਹੈ ਰਹਿੰਦਾ ਸੰਸਾਰ ਵਿੱਚ ਹੀ ਹੈ, ਲੇਕਿਨ ਸੰਸਾਰ ਦੇ ਜਿਹੜੇ ਵਿਕਾਰ ਹੈ ਉਹਨਾਂ ਤੋਂ ਹਮੇਸ਼ਾ ਹੀ ਜਿਹੜਾ ਉਹ ਨਿਰਲੇਪ ਹੈ। ਜੈਸੇ ਜਲ ਮੈਂ ਕਮਲ ਅਲੇਪ। ਅੱਛਾ, ਇੱਕ ਹੋਰ ਦੇਵੀ ਗੱਲ ਦੇਖਿਓ, ਇਹ ਮਹਾਰਾਜ ਨਾ ਇਸ ਅਸ਼ਟਪਦੀ ਦੇ ਵਿੱਚ ਨਾ ਬ੍ਰਹਮ ਗਿਆਨੀ ਦੀ ਤੁਲਨਾ ਕੁਦਰਤੀ ਚੀਜ਼ਾਂ ਨਾਲ ਕਰ ਰਹੇ ਆ। ਬੜੇ ਧਿਆਨ ਨਾਲ ਸੁਣਿਓ, ਮੈਨੂੰ ਜੋ ਇੱਥੋਂ ਸਮਝ ਆਈ ਹੈ, ਜਿਵੇਂ ਜਲ ਦੀ ਗੱਲ ਕਰਦੇ ਆ ਮਹਾਰਾਜ, ਅੱਗੇ ਧਰਤੀ ਦੀ ਗੱਲ ਕਰਨਗੇ ਹਨਾ ਮਹਾਰਾਜ, ਇਸ ਤਰ੍ਹਾਂ ਦੀਆਂ ਮੈਨੂੰ ਆਪਣੇ ਆਪ ਨੂੰ ਜੋ ਸਮਝ ਆਈ ਹੈ, ਕਿਉਂਕਿ ਕੁਦਰਤ ਕਦੀ ਵੀ ਆਪਣਾ ਨੇਮ ਨਹੀਂ ਬਦਲਦੀ। ਬੜੇ ਧਿਆਨ ਨਾਲ ਸੁਣਿਓ, ਸੂਰਜ ਨੇ ਰੋਜ਼ ਚੜ੍ਹਨਾ ਹੀ ਹੈ, ਰਾਤ ਪੈਣੀ ਹੈ, ਦਿਨ ਵੀ ਆਉਣਾ ਮੈਂ, ਉਹਨਾਂ ਨੇ ਆਪਣਾ ਨੇਮ ਜਿਹੜਾ ਉਹ ਨਹੀਂ ਬਦਲਣਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ ਨਾ ਜਿਹੜਾ,
ਉਹਦਾ ਵੀ ਜਿਹੜਾ ਨੇਮ ਹੈ ਉਹ ਕਦੀ ਨਹੀਂ ਬਦਲਦਾ। ਜੋ ਮੈਨੂੰ ਸਮਝ ਆਈ ਕਿ ਇਹ ਕੁਦਰਤੀ ਵਸਤੂਆਂ ਦੇ ਨਾਲ, ਕੁਦਰਤ ਦੇ ਨਾਲ ਬ੍ਰਹਮ ਗਿਆਨੀ ਦੀ ਤੁਲਨਾ ਮਹਾਰਾਜ ਇਸ ਲਈ ਕਰ ਰਹੇ ਹੈ ਕਿਉਂਕਿ ਕੁਦਰਤ ਵਿੱਚ ਨੇਮ ਹੈ ਤੇ ਦੂਸਰਾ ਕੁਦਰਤ ਦੇ ਵਿੱਚ ਕਦੀ ਪਖੰਡ ਤੁਹਾਨੂੰ ਨਹੀਂ ਦਿਖਾਈ ਦੇਵੇਗਾ। ਜਿਹੜਾ ਫੁੱਲ ਹੈ ਉਹਨੇ ਦਿਨ ਨੂੰ ਜਿਹੜਾ ਹੈ ਉਹ ਖਿੜਨਾ ਹੀ ਹੈ, ਫੁੱਲ ਨੇ ਸ਼ਾਮ ਨੂੰ ਜਿਹੜਾ ਉਹ ਮੁਰਝਾਉਣਾ ਹੀ ਹੈ, ਇਹ ਉਹਦਾ ਨੇਮ ਹੈ। ਮਹਾਰਾਜ ਇਸ ਲਈ ਬ੍ਰਹਮ ਗਿਆਨੀ ਦੀ ਤੁਲਨਾ ਕੁਦਰਤ ਦੇ ਨਾਲ ਕਰ ਰਹੇ ਹੈ ਕਿਉਂਕਿ ਕੁਦਰਤ ਦੇ ਵਿੱਚ ਨੇਮ ਹੈ, ਦੂਸਰਾ ਜਿਹੜੀ ਕੁਦਰਤ ਹੈ ਉਹ ਪਖੰਡ ਦੇ ਵਿੱਚ, ਉਹਦੇ ਚ ਕੋਈ ਪਖੰਡ ਨਹੀਂ ਹੈ। ਮਹਾਰਾਜ ਫਰਮਾਉਂਦੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਹੁਣ ਦੇਖੋ ਪਾਣੀ ਦੇ ਵਿੱਚ ਕਮਲ ਦਾ ਬੂਟਾ ਹੈ, ਰਹਿੰਦਾ ਪਾਣੀ ਦੇ ਵਿੱਚ ਹੈ, ਉਹਦੇ ਪੈਰਾਂ ਦੇ ਵਿੱਚ ਚਿੱਕੜ ਹੈ, ਲੇਕਿਨ ਚਿੱਕੜ ਦੇ ਹੁੰਦਿਆਂ ਹੋਇਆਂ ਵੀ ਉਹ ਜਿਹੜਾ ਹੈ ਉਹ ਹਮੇਸ਼ਾ ਹੀ ਉਹ ਜਿਹੜਾ ਨਿਰਲੇਪ ਹੈ ਉਹ ਅਲੇਪ ਹੈ। ਮਹਾਰਾਜ ਇੱਥੇ ਫਰਮਾਉਂਦੇ ਅੱਗੇ ਬ੍ਰਹਮ ਗਿਆਨੀ ਸਦਾ ਨਿਰਦੋਖ, ਉਹਦੇ ਅੰਦਰ ਕਿਸੇ ਕਿਸਮ ਦਾ ਕੋਈ ਦੋਖ ਨਹੀਂ ਹੈ, ਉਹਦੇ ਤੇ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸਾ ਤੁਸੀਂ ਦੇਖੇ ਹੋਣੇ ਆ, ਬ੍ਰਹਮ ਗਿਆਨੀ ਆਪੂ ਬਣੇ ਹੋਏ ਜੇਲਾਂ ਦੇ ਵਿੱਚ ਘੁੰਮਦੇ ਪਏ ਆ, ਉਹਨਾਂ ਦੇ ਉੱਪਰ ਉਹਦੇ ਦੋਖਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਲਿਬੜੇ ਹੋਏ ਆ, ਇਹਨਾਂ ਦੇ ਵਿੱਚ ਡੁੱਬੇ ਹੋਏ ਆ। ਮਹਾਰਾਜ ਫਰਮਾਉਂਦੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ, ਜਿਵੇਂ ਕਹਿੰਦੇ ਸੂਰਜ ਦਾ ਪ੍ਰਕਾਸ਼, ਸੂਰਜ ਦੀ ਗਰਮੀ ਧਰਤੀ ਦੇ ਉੱਪਰ ਸਾਰੇ ਰਸਾਂ ਨੂੰ ਆਪਣੇ ਵਿੱਚ ਸੋਖ ਲੈਂਦੀ ਹੈ। ਇਹਦੇ ਇਹ ਅਰਥ ਕਰਾਂਗੇ, ਇੱਕ ਤਾਂ ਇਹ ਹੈ, ਇੱਕ ਹੋਰ ਹੈ, ਸੂਰਜ ਦੀਆਂ ਕਿਰਨਾਂ ਜਦੋਂ ਧਰਤੀ ਤੇ ਪੈਂਦੀਆਂ, ਚਾਹੇ ਥਾਂ ਮੈਲਾ ਹੋਵੇ ਚਾਹੇ ਸਾਫ਼ ਹੋਵੇ, ਕਿਰਨਾਂ ਦੇ ਉੱਪਰ ਉਸ ਮੈਲ ਦਾ ਕੋਈ ਅਸਰ ਨਹੀਂ ਹੁੰਦਾ। ਕਿਰਨਾਂ ਦੇ ਉੱਪਰ ਉਸ ਮੈਲ ਦਾ, ਉਸ ਚਿੱਕੜ ਦਾ, ਉਸ ਗੰਦਗੀ ਦਾ ਕੋਈ ਅਸਰ ਨਹੀਂ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਵੀ ਇਸੇ ਤਰ੍ਹਾਂ ਦਾ ਹੈ, ਸਦਾ ਨਿਰਦੋਖ, ਉਹ ਇਹਨਾਂ ਦੋਸ਼ਾਂ ਤੋਂ ਜਿਹੜਾ, ਇਹਨਾਂ ਦੋਖਾਂ ਤੋਂ ਜਿਹੜਾ, ਉਹ ਹਮੇਸ਼ਾ ਹੀ ਨਿਰਦੋਖ, ਇਹਨਾਂ ਤੋਂ ਹਮੇਸ਼ਾ ਬਚਿਆ ਰਹਿੰਦਾ ਹੈ, ਇਹਨਾਂ ਤੋਂ ਹਮੇਸ਼ਾ ਦੂਰ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਬ੍ਰਹਮ ਗਿਆਨੀ ਦੀ ਨਿਗਾਹ ਜਿਹੜੀ ਹੈ ਨਾ, ਉਹਦੀ ਨਿਗਾਹ ਦੇ ਵਿੱਚ ਸਾਰੇ ਹੀ ਬਰਾਬਰ ਹੈ। ਇੱਥੇ ਮੈਂ ਇੱਕ ਸਾਖੀ ਲਗਾਉਣਾ ਚਾਹਾਂਗਾ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੀ ਫੌਜ ਨੇ ਆ ਕੇ, ਸਿੰਘਾਂ ਨੇ ਆ ਕੇ ਮਹਾਰਾਜ ਨੂੰ ਸ਼ਿਕਾਇਤ ਕੀਤੀ, ਕਹਿੰਦੇ ਮਹਾਰਾਜ ਆ ਸਿੱਖ ਤੁਸੀਂ ਕਿੱਦਾਂ ਦਾ ਭਰਤੀ ਕੀਤਾ ਹੋਇਆ, ਕਿੱਦਾਂ ਦਾ ਸਿੱਖ ਤੁਸੀਂ ਆਪਣੇ ਦਰਬਾਰ ਵਿੱਚ ਰੱਖਿਆ ਹੋਇਆ। ਮਹਾਰਾਜ ਕਹਿੰਦੇ ਕੀ ਹੋਇਆ, ਕਹਿੰਦੇ ਅਸੀਂ ਦੁਸ਼ਮਣਾਂ ਨੂੰ ਤੀਰਾਂ ਦੇ ਨਾਲ, ਕਿਰਪਾਨਾਂ ਦੇ ਨਾਲ ਉਹਨਾਂ ਨੂੰ ਜ਼ਖਮੀ ਕਰਦੇ ਹਾਂ, ਉਹਨਾਂ ਨੂੰ ਮਾਰਦੇ ਹਾਂ, ਜਿਹੜੇ ਤੇ ਜ਼ਖਮੀ ਹੋ ਕੇ ਡਿੱਗ ਜਾਂਦੇ ਆ, ਆ ਤੁਹਾਡਾ ਸਿੱਖ ਕਹਿੰਦੇ ਮਸ਼ਕ ਬੰਨ੍ਹ ਕੇ ਪਾਣੀ ਦੀ ਤੇ ਉਹਨਾਂ ਨੂੰ ਜਾ ਕੇ ਪਾਣੀ ਪਿਲਾਉਂਦਾ। ਉਹਨਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਇਹਨੂੰ ਬੁਲਾਇਆ ਜਾਵੇ, ਸਾਡੀ ਕੀਤੀ ਹੋਈ ਮਿਹਨਤ ਤੇ ਇਹ ਪਾਣੀ ਫੇਰ ਰਿਹਾ, ਉਹਨਾਂ ਨੂੰ ਪਾਣੀ ਪਿਲਾ ਕੇ, ਜਲ ਪਿਲਾ ਕੇ, ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਫਿਰ ਦੁਬਾਰਾ ਸੁਰਜੀਤ ਕਰ ਰਿਹਾ, ਤਾਂ ਜੋ ਸਾਡੇ ਸਾਹਮਣੇ ਆ ਕੇ ਉਹ ਫਿਰ ਲੜ ਸਕਣ, ਜੰਗ ਕਰ ਸਕਣ। ਮਹਾਰਾਜ ਨੇ ਸਿੰਘਾਂ ਨੂੰ ਵੀ ਬੁਲਾਇਆ, ਔਰ ਭਾਈ ਘਨੱਈਆ ਜੀ ਨੂੰ, ਆਪ ਜੀ ਸਮਝ ਗਏ ਹੋਵੋਗੇ ਉਹਨਾਂ ਦਾ ਨਾਮ, ਭਾਈ ਘਨੱਈਆ ਜੀ ਨੂੰ ਬੁਲਾਇਆ। ਭਾਈ ਘਨੱਈਆ ਜੀ ਦਾ ਜੀਵਨ 1647 ਤੋਂ ਲੈ ਕੇ 1718 ਦਾ ਸਮਾਂ ਹੈ ਉਹਨਾਂ ਦਾ। ਭਾਈ ਘਨੱਈਆ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਵੱਲੋਂ ਨਿਵਾਜੇ ਹੋਏ ਹਨ, ਬਖਸ਼ਿਸ਼ ਉਹਨਾਂ ਦੇ ਗੁਰੂ ਤੇਗ ਬਹਾਦਰ, ਕਿਉਂਕਿ
ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਮੇਂ ਉਹ ਗੁਰੂ ਘਰ ਵਿੱਚ ਆਏ ਹਨ। ਭਾਈ ਕਨਈਆ ਜੀ 1647 ਤੋਂ ਲੈ ਕੇ 1718 ਗੁਰੂ ਸਾਹਿਬ ਨੇ ਬੁਲਾਇਆ ਤੇ ਪੁੱਛਿਆ, ਗੁਰੂ ਸਾਹਿਬ ਨੇ ਪੁੱਛਿਆ ਭਾਈ ਕਨਈਆ ਜੀ ਨੂੰ, ਕਹਿੰਦੇ ਤੁਹਾਡੀ ਸ਼ਿਕਾਇਤ ਆਈ ਹੈ। ਤੇ ਭਾਈ ਕਨਈਆ ਜੀ ਕਹਿੰਦੇ ਮਹਾਰਾਜ ਹੁਕਮ ਕਰੋ ਕੀ ਸਿੰਘ ਕਹਿੰਦੇ ਹਨ। ਕਹਿੰਦੇ ਕਿ ਸਿੰਘ ਕਹਿੰਦੇ ਹਨ ਕਿ ਅਸੀਂ ਜਿਹੜੇ ਦੁਸ਼ਮਣਾਂ ਨੂੰ ਮਾਰਦੇ ਪਏ ਹਾਂ, ਉਹਨਾਂ ਨੂੰ ਜ਼ਖਮੀ ਕਰਦੇ ਪਏ ਹਾਂ, ਤੁਸੀਂ ਉਹਨਾਂ ਨੂੰ ਜਲ ਪਿਲਾ ਕੇ ਫਿਰ ਦੁਬਾਰਾ ਸੁਰਜੀਤ ਕਰਦੇ ਪਏ ਹੋ। ਤੇ ਭਾਈ ਕਨਈਆ ਜੀ ਨੇ ਉਹਨਾਂ ਨੂੰ ਪੁੱਛਿਆ, ਭਾਈ ਕਨਈਆ ਜੀ ਨੇ ਕਿਹਾ, ਕਹਿੰਦੇ ਮਹਾਰਾਜ ਇਹ ਜਿਨ੍ਹਾਂ ਨੂੰ ਦੁਸ਼ਮਣਾਂ ਨੂੰ ਮਾਰਦੇ ਪਏ ਆ ਆਪਣੀਆਂ ਕਿਰਪਾਨਾਂ ਦੇ ਨਾਲ, ਆਪਣੀਆਂ ਤਲਵਾਰਾਂ ਦੇ ਨਾਲ, ਆਪਣੇ ਤੀਰਾਂ ਦੇ ਨਾਲ, ਆਪਣੀਆਂ ਬੰਦੂਕਾਂ ਦੇ ਨਾਲ, ਮੈਂ ਉਹਨਾਂ ਦੁਸ਼ਮਣਾਂ ਦੇ ਵਿੱਚੋਂ ਪਾਣੀ ਪਿਲਾ ਕੇ ਦੁਸ਼ਮਣੀ ਨੂੰ ਜਿਹੜੀ ਖਤਮ ਕਰ ਰਿਹਾ ਹਾਂ। ਉੱਥੇ ਫਿਰ ਨਾ ਇੱਕ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਪਿਆਰੀ ਗੱਲ ਲਿਖੀ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਉੱਥੇ ਭਾਈ ਵੀਰ ਸਿੰਘ ਲਿਖਦੇ, ਤੈਨੂੰ ਪਿਆ ਪਿਲਾਵਾਂ ਪਾਣੀ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਭਾਈ ਵੀਰ ਸਿੰਘ ਜੀ ਕਾਵਕ ਰੂਪ ਦੇ ਵਿੱਚ ਮਹਾਰਾਜ ਲਿਖਦੇ। ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਭਾਈ ਕਨਈਆ ਜੀ ਨੂੰ ਕਿਹਾ, ਤੈਨੂੰ ਪਿਆ ਪਲਾਵਾਂ ਪਾਣੀ ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਦਿਸੇ ਮੈਨੂੰ ਤੂੰ ਸਭਨੀ ਦਿਸ ਆਈ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਤੈਨੂੰ ਪਿਆ ਪਲਾਵਾਂ ਪਾਣੀ ਸਿਰ ਮੇਰੇ ਦੇ ਸਾਈ, ਤੁਰਕ ਅਤੁਰਕ ਨਾ ਦਿਸੇ ਮੈਨੂੰ ਤੂੰ ਸਭਨੀ ਦਿਸ ਆਈ, ਪਿਆਰੇ ਦੇ ਇੱਕ ਪਿਆਰ ਪਰੋਤਾ ਪਾਣੀ ਉਹਨੂੰ ਪਲਾਵਾਂ ਉਹਨੂੰ ਸੇਵਾ ਉਹਨੂੰ ਦੇਖਾਂ ਪਾਣੀ ਉਹਨੂੰ ਪਲਾਵਾਂ ਹੱਸੇ ਤੇ ਗੱਲ ਲਾਇਆ ਪਿਆਰੇ। ਗੁਰੂ ਗੋਬਿੰਦ ਸਿੰਘ ਜੀ ਫਿਰ ਵਜ਼ਦ ਵਿੱਚ ਆਏ, ਪਿਆਰ ਵਿੱਚ ਆਏ, ਹੱਸੇ ਤੇ ਗੱਲ ਲਾਇਆ ਪਿਆਰੇ, ਗੱਲ ਲਾ ਕੇ ਕਹਿੰਦੇ ਡੱਬੀ ਹੱਥ ਫੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪੈਣ ਤੇ, ਪਾਣੀ ਨਾਲ ਮਲਮ ਵੀ ਰੱਖੀ ਲੋੜ ਪੈਣ ਤੇ, ਇਸੇ ਤੋਂ ਰੈੱਡ ਕਰਾਸ ਸੈਟੀ ਬਣੀ ਹੈ। ਉਹ ਗੱਲ ਵੱਖਰੀ ਹੈ ਵੀ ਅਸੀਂ ਇਸ ਗੱਲ ਦਾ ਪ੍ਰਚਾਰ ਨਹੀਂ ਕਰ ਸਕੇ। ਰੈੱਡ ਕਰਾਸ ਤਾਂ ਹੁਣ ਬਣ ਰਹੀ ਹੈ ਜਿਹੜੀ ਜ਼ਖਮੀਆਂ ਨੂੰ ਲੋੜਵੰਦਾਂ ਦੀ ਮਦਦ ਕਰਦੀ ਹੈ, ਲੇਕਿਨ ਇਹਦੀ ਜਿਹੜੀ ਹੈ ਫਾਊਂਡੇਸ਼ਨ, ਜਿਹੜਾ ਇਹਦੇ ਫਾਊਂਡਰ ਹੈਗੇ ਆ ਉਹ ਭਾਈ ਸਾਹਿਬ ਭਾਈ ਕਨਈਆ ਜੀ। ਹੱਸੇ ਤੇ ਗੱਲ ਲਾਇਆ ਪਿਆਰੇ ਡੱਬੀ ਹੱਥ ਫੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪੈਣ ਤੇ, ਲਾਈ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਮੈਂ ਤੇ ਜਿੱਧਰ ਦੇਖਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੈਨੂੰ ਤਾਂ ਤੁਹਾਡਾ ਹੀ ਚਿਹਰਾ, ਤੁਹਾਡਾ ਹੀ ਸਵਰੂਪ ਜਿਹੜਾ ਉਹ ਨਜ਼ਰ ਆ ਰਿਹਾ। ਮਹਾਰਾਜ ਇੱਥੇ ਫਰਮਾਉਂਦੇ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾ। ਹੁਣ ਹਵਾ ਜਿਹੜੀ ਹੈ ਨਾ, ਉਹ ਕਦੀ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਕਬੀਰ ਇੱਕ ਹੋਰ ਪ੍ਰਮਾਣ, ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਬੇਬਾ। ਹਵਾ ਕਦੀ ਇਹ ਨਹੀਂ ਕਹਿੰਦੀ ਕਿ ਮੈਂ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਹਾਂ ਤੇ ਪਾਕਿਸਤਾਨ ਮੈਂ ਨਹੀਂ ਜਾਣਾ, ਨਹੀਂ ਸਾ ਸਕਦੀ। ਜੈਸੇ ਰਾਜ, ਉਹ ਰਾਜਾ ਵੀ ਆ ਜਾਵੇ, ਕੋਈ ਗਰੀਬ ਵੀ ਹੈ, ਜਦੋਂ ਹਵਾ ਚੱਲਦੀ ਹੈ ਉਹ ਸਾਰਿਆਂ ਦੇ ਵਾਸਤੇ ਬਰਾਬਰ ਹੈ, ਸਾਰਿਆਂ ਨੂੰ ਆਪਣੀ ਠੰਡਕ ਦਿੰਦੀ ਹੈ, ਸਾਰਿਆਂ ਨੂੰ ਜਿਹੜੀ ਹੈ ਹਵਾ ਦਿੰਦੀ ਹੈ। ਮਹਾਰਾਜ ਫਰਮਾਉਂਦੇ, ਜੈਸੇ ਰਾਜ ਰੰਗ ਕੋ ਲਾਗੇ ਦੁੱਲ, ਉਹਦੇ ਕੋਲ ਦੁਸ਼ਮਣ ਆ ਜਾਵੇ, ਉਹਦੇ ਕੋਲ ਸੱਜਣ ਆ ਜਾਵੇ, ਉਹਦੇ ਕੋਲ ਸੰਤ ਆ ਜਾਵੇ, ਉਹਦੇ ਕੋਲ ਅਸੰਤ ਆ ਜਾਵੇ। ਅਸੰਤ ਜਿਹੜਾ ਬਾਣੀ ਤੋਂ ਟੁੱਟਿਆ ਹੋਇਆ ਉਹਨੂੰ ਵੀ, ਤੇ
ਇੱਕ ਨਾ ਅਸੀਂ ਸਵਈਆ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਜੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀਮਨ ਗਾਰੇ, ਪਚ ਪਸੂ ਨਗ ਨਾਗ ਨਰਾਤਵ, ਸਰਬ ਸਮੇਂ ਸਭ ਕੋ ਪ੍ਰਤਪਾਰੇ, ਪੋਖਤ ਹੈ ਜਲਮੇ ਥਲਮੇ ਭਲਮੇ, ਕਲਕੇ ਨਹੀਂ ਕਰਮ ਵਿਚਾਰੇ। ਤੇ ਅੱਗੇ ਕਹਿੰਦੇ ਹੈ ਕਿ ਪਰਿਪੂਰਨ ਪਰਮਾਤਮਾ ਇਹਨਾਂ ਦਇਆ ਦੇ ਘਰ ਵਿੱਚ ਹੈ, ਦੁਖਤ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਮਾੜੇ ਕਰਮ ਵੀ ਦੇਖਦਾ ਪਿਆ, ਪਰੰਤੂ ਫਿਰ ਵੀ ਸਾਨੂੰ ਰਾਤ ਨੂੰ ਜਿਹੜਾ ਉਹ ਨਿਵਾਲਾ ਦੇ ਕੇ ਸੁਣਾਉਂਦਾ ਸੁਣਾਉਂਦਾ। ਮਹਾਰਾਜ ਇੱਥੇ ਫਰਮਾਉਂਦੇ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ। ਬਹੁਤ ਉੱਚੀ ਅਵਸਥਾ ਮਹਾਰਾਜ, ਇਸ ਵਿੱਚ ਮਹਾਰਾਜ ਬਹੁਤ ਉੱਚੀ ਆਤਮਕ ਅਵਸਥਾ ਦੀ ਗੱਲ ਕਰਦੇ। ਜੈਸੇ ਰਾਜ ਰੰਗ ਕੋ ਲਾਗੇ ਤੁਲ ਭਵਾਨ, ਅੱਗੇ ਕਹਿੰਦੇ ਬ੍ਰਹਮ ਗਿਆਨੀ ਕੈ ਧੀਰਜ ਏਕ, ਉਹ ਕਦੀ ਡੋਲਦਾ ਨਹੀਂ ਹੈ। ਜੇਕਰ ਕੋਈ ਉਹਦੀ ਸਿਫਤ ਕਰਦੇ ਤੇ ਉਹ ਫੁੱਲ ਨਹੀਂ ਜਾਂਦਾ, ਤੇ ਜੇਕਰ ਕੋਈ ਉਹਦੀ ਬੁਰਾਈ ਕਰਦੇ ਤੇ ਉਹਦੇ ਤੇ ਕੋਈ ਅਸਰ ਨਹੀਂ। ਮੈਂ ਇੱਕ ਆਪ ਜੀ ਨੂੰ ਪ੍ਰਮਾਣ ਦਿਆਂ, ਗੁਰੂ ਰਾਮਦਾਸ ਜੀ ਮਹਾਰਾਜ ਦਾ, ਧੰਨ ਧੰਨ ਗੁਰੂ ਨਾਨਕ ਸਮਦਰਸੀ, ਜਿਨ ਨਿੰਦਾ ਉਸਤਤ ਤਰੀ ਤਰਾਨ। ਗੁਰੂ ਨਾਨਕ ਦੇਵ ਜੀ ਉਹ ਮੁਜੱਸਮਾ ਹਨ ਰੂਹਾਨੀਅਤ ਦਾ, ਜਿਹੜੇ ਨਿੰਦਾ ਤੇ ਉਸਤਤ ਦੀਆਂ ਨਦੀਆਂ ਤੋਂ ਮਹਾਰਾਜ ਪਾਰ ਹੋ ਚੁੱਕੇ ਹਨ। ਨਿੰਦਾ ਤੇ ਕਿਉਂਕਿ ਉਹਨਾਂ ਦੇ ਅੰਦਰ ਧੀਰਜ। ਅੱਛਾ, ਇੱਕ ਹੋਰ ਪ੍ਰਮਾਣ, ਇੱਕ ਹੋਰ ਸਾਖੀ ਆ ਗਈ। ਗੁਰੂ ਨਾਨਕ ਦੇਵ ਜੀ ਦਾ ਧੀਰਜ ਦੇਖੋ ਕਿੰਨਾ ਅੰਦਰ ਟਿਕਾ ਹੈ। ਮਹਾਰਾਜ ਨੇ ਜਦੋਂ ਸੁਲਤਾਨਪੁਰ ਲੋਧੀ ਤੋਂ ਉਦਾਸੀਆਂ ਸ਼ੁਰੂ ਕੀਤੀਆਂ ਨਾ, ਪਖੰਡ ਵਾਲ ਜਿਹੜੇ ਕਰਦੇ ਸੀਗੇ ਉਹਨਾਂ ਦੇ ਆਗੂ ਸੀਗੇ, ਕਿਸੇ ਨੇ ਮਹਾਰਾਜ ਨੂੰ ਭੂਤਨਾ ਕਹਿ ਦਿੱਤਾ, ਕਿਸੇ ਨੇ ਬੇਤਾਲਾ ਕਹਿ ਦਿੱਤਾ, ਕਿਸੇ ਨੇ ਆਮ ਆਦਮੀ ਕਹਿ ਦਿੱਤਾ। ਹੁਣ ਇਹ ਸ਼ਬਦ ਤੁਸੀਂ ਮੈਨੂੰ ਬੋਲੋ, ਮੈਂ ਆਪਣੀ ਹੀ ਗੱਲ ਕਰਦਾ ਤੇ ਮੇਰੇ ਖਿਆਲ ਦੇ ਵਿੱਚ ਮੈਂ ਡਾਂਗ ਚੱਕ ਲਵਾਂਗਾ ਤੁਹਾਡੇ ਦੁਆਰੇ, ਕਿਉਂਕਿ ਧੀਰਜ ਨਹੀਂ ਹੈ। ਲੇਕਿਨ ਮਹਾਰਾਜ ਦੇਖੋ, ਮਹਾਰਾਜ ਦਾ ਧੀਰਜ ਦੇਖੋ। ਮਾਰੂ ਰਾਗ ਦੇ ਵਿੱਚ ਮਹਾਰਾਜ ਨੇ ਇਹਨਾਂ ਸ਼ਬਦਾਂ ਨੂੰ ਦਰਜ ਕੀਤਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਬੇਚਾਰਾ। ਅੱਗੇ ਦੇਖੋ ਧੀਰਜ, ਮਹਾਰਾਜ ਕਹਿੰਦੇ ਭਇਆ ਦੀਵਾਨਾ ਸਾਹ ਕਾ, ਨਾਨਕ ਬੋਰਾਨਾ ਹਉਂ ਹਰ ਬਿਨ ਅਵਰ ਨਾ ਜਾਣਾ। ਆ ਹੈ ਧੀਰਜ, ਕਹਿੰਦੇ ਤੁਸੀਂ ਮੈਨੂੰ ਜੋ ਮਰਜ਼ੀ ਕਹੋ, ਲੇਕਿਨ ਮੈਂ ਤੇ ਉਸ ਪਰਿਪੂਰਨ ਪਰਮਾਤਮਾ ਦਾ ਕਹਿੰਦੇ ਆਸ਼ਕ ਆ, ਕਹਿੰਦੇ ਉਸ ਤੋਂ ਬਗੈਰ ਮੈਂ ਕੁਛ, ਕਹਿੰਦੇ ਮੈਨੂੰ ਸੁਣਦਾ ਹੀ ਕੁਛ ਨਹੀਂ। ਕਹਿੰਦੇ ਮਹਾਰਾਜ ਇੱਥੇ ਫਰਮਾਉਂਦੇ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਟਿਕਾ ਹੈ, ਸਹਿਜ ਹੈ, ਅਡੋਲਤਾ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਬਸਦਾ ਕੋ ਖੋਦੈ ਕੋ ਚੰਦਨ। ਧਰਤੀ ਦੇ ਵਿੱਚ ਆਪਾਂ ਹੱਲ ਚਲਾਉਂਦੇ ਹਾਂ ਅਨਾਜ ਦੀ ਪੈਦਾਵਾਰ ਕਰਨ ਵਾਸਤੇ,
ਧਰਤੀ ਤੁਹਾਨੂੰ ਕਦੀ ਗੁਲਾਮਾਂ ਨਹੀਂ ਸਾਨੂੰ ਦਿੰਦੀ ਵੀ ਤੂੰ ਅੱਜ ਮੇਰੇ ਅੰਦਰ ਇੰਨੀਆਂ ਸੀਣਾ ਲਾਈਆਂ, 7 ਸੀਣਾ ਲਾਈਆਂ, ਜਿਹਨੂੰ ਆਪਣਾ ਬਾਬਾ ਧੰਨਾ ਜੀ ਕਹਿੰਦੇ ਆ ਵੀ ਤੂੰ ਅਨਾਜ ਵਾਸਤੇ 7 ਵਾਰ ਮੈਨੂੰ ਵਾਇਆ। ਉਹ ਕੋਈ ਕੁਛ ਨਹੀਂ ਕਹਿੰਦੀ। ਉਸ ਤੋਂ ਬਾਅਦ ਜੇਕਰ ਤੁਸੀਂ ਉਸੇ ਧਰਤੀ, ਚਲੋ ਹੁਣ ਤਾਂ ਨਹੀਂ, ਹੁਣ ਤਾਂ ਫਰਸ਼ ਆ ਗਏ ਆ, ਪੱਥਰ ਆ ਗਿਆ, ਪੁਰਾਤਨ ਸਮੇਂ ਦੇ ਵਿੱਚ ਜਿਹੜੀਆਂ ਬੀਬੀਆਂ ਸੀ ਘਰ ਦੇ ਵਿਹੜੇ ਦੇ ਵਿੱਚ ਲੇਪ ਕਰਦੀਆਂ ਸੀ ਗੋਹੇ ਦਾ, ਉਹਨਾਂ ਨੂੰ ਸ਼ਿੰਗਾਰਦੀਆਂ ਸੀਗੀਆਂ ਫੁੱਲ ਬੂਟੇ, ਤੇ ਉੱਥੇ ਵੀ ਕਦੀ ਧਰਤੀ ਜਿਹੜੀ ਹੈ ਇਹ ਨਹੀਂ ਸੀ ਕਹਿ ਦਿੰਦੀ ਕਿ ਤੁਸੀਂ ਅੱਜ ਮੇਰੇ ਉੱਪਰ ਬੜੇ ਸੋਹਣੀ ਜਿਹੜਾ ਹੈ ਗੋਹਾ ਜਿਹੜਾ ਹੈ ਉਹ ਪੱਥਿਆ ਹੈ, ਉਹ ਤੁਸੀਂ ਲੇਪ ਕੀਤਾ ਤੇ ਮੈਂ ਤੁਹਾਡਾ ਸ਼ੁਕਰ ਕਰਦੀਆਂ ਨਹੀਂ, ਕਿਉਂਕਿ ਉਹਦੇ ਅੰਦਰ ਧੀਰਜ ਇੱਕ ਹੈ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸਦਾ ਕੋ ਖੋਦੇ ਕੋ ਚੰਦਨ ਲੇਪ, ਕਿਉਂਕਿ ਉਹਨਾਂ ਦੇ ਅੰਦਰ ਟਿਕਾ ਹੈ ਧਰਤੀ ਦੇ ਅੰਦਰ। ਅੱਗੇ ਚਲੀਏ, ਬ੍ਰਹਮ ਗਿਆਨੀ ਕਾ ਇਹ ਗੁਣਾਓ ਨਾਨਕ ਜੋ ਪਾਵਕ ਕਾ ਸਹਿਜ ਸੁਭਾਉ। ਅੱਗ ਦੇ ਕੁਛ ਗੁਣ ਰੱਖੇ ਆ ਜੀ, ਅੱਗ ਦੇ ਕੁਛ ਗੁਣ ਹੈ ਜੀ। ਪਹਿਲਾ ਅੱਗ ਦਾ ਗੁਣ ਕੀ ਹੈ? ਅੱਗ ਜਦੋਂ ਅਸੀਂ ਬਾਲਦੇ ਹਾਂ ਤੇ ਉਹਦੇ ਪਾਸੇ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ, ਅਸੀਂ ਦੇਖਣ ਦੇ। ਪੁਰਾਤਨ ਸਮੇਂ ਦੇ ਵਿੱਚ ਅੱਗ ਹੀ ਬਾਲੀ ਜਾਂਦੀ ਸੀ ਥਾਂ ਥਾਂ ਤੇ, ਔਰ ਜਿਹੜੇ ਰਾਹਗੀਰ ਸੀਗੇ ਉਹਨਾਂ ਨੂੰ ਦੇਖ ਕੇ ਅੱਗੇ ਜਾਂਦੇ ਸੀ, ਰਸਤਾ ਆਪਣਾ ਤੈਅ ਕਰਦੇ ਸੀ। ਦੂਸਰਾ, ਜਦੋਂ ਸਿਆਲਾਂ ਦੇ ਵਿੱਚ ਅੱਗ ਬਾਲਦੇ ਆ ਨਾ ਆਪਾਂ, ਤੇ ਅੱਗ ਜਿਹੜੀ ਹੈ ਉਹ ਸਾਨੂੰ ਸਾਡੀ ਜਿਹੜੀ ਠੰਡਕ ਹੈ ਉਹਨੂੰ ਦੂਰ ਕਰਦੀ ਹੈ, ਕਹਿਣ ਤੋਂ ਭਾਵ ਸਾਡੇ ਅੰਦਰ ਨਿੱਘ ਪੈਦਾ ਕਰਦੀ ਹੈ। ਤੀਸਰਾ ਜਿਹੜਾ ਅੱਗ ਦਾ ਗੁਣ ਕੀ ਹੈ ਜੀ? ਤੀਸਰਾ ਅੱਗ ਦਾ ਗੁਣ ਹੈ, ਤੁਸੀਂ ਅੱਗ ਦੇ ਵਿੱਚ ਮੈਲੇ ਕੁਚੈਲੇ ਕੱਪੜੇ ਜਾਂ ਬਾਲਣ ਲੱਕੜ ਸੁੱਟ ਦਿਓ, ਉਹ ਸਾਰਿਆਂ ਦੀ ਮੈਲ ਸਾੜ ਕੇ ਰੱਖ ਦਿੰਦੀ। ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ, ਜਦੋਂ ਅਸੀਂ ਬ੍ਰਹਮ ਗਿਆਨੀ ਦੀ ਸੰਗਤ ਕਰਦੇ ਹਾਂ, ਬ੍ਰਹਮ ਗਿਆਨੀ ਦੇ ਕੋਲ ਆ ਕੇ ਬੈਠਦੇ ਹਾਂ, ਉਹ ਸਾਡੇ ਅੰਦਰ ਚਾਨਣ ਕਰ ਦਿੰਦਾ, ਉਹ ਸਾਡੇ ਅੰਦਰ ਪ੍ਰਕਾਸ਼ ਕਰ ਦਿੰਦਾ। ਫਿਰ ਸਾਡੇ ਅੰਦਰ ਜਿਹੜੀ ਮਨ ਦੇ ਵਿੱਚ ਜਿਹੜੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਇਹ ਜਿਹੜਾ ਮਨ ਜਨਮਾਂ ਜਨਮਾਂ ਦੀ ਮੈਲ ਦੇ ਨਾਲ ਕਾਲਾ ਹੋਇਆ, ਮੈਲ ਲੱਗੀ ਹੋਈ ਹੈ, ਬ੍ਰਹਮ ਗਿਆਨੀ ਦੇ ਕੋਲ ਆਉਣ ਦੇ ਨਾਲ, ਉਹਦੀ ਸੰਗਤ ਕਰਨ ਦੇ ਨਾਲ ਅੰਦਰ ਦੀ ਮੈਲ ਜਿਹੜੀ ਹੈ ਨਾ ਉਹ ਖਤਮ ਹੋ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਦੂਸਰਾ, ਜਿਹੜੀ ਜੜਤਾ ਰੂਪੀ ਠੰਡ ਹੈ ਉਹ ਦੂਰ ਹੋ ਜਾਂਦੀ ਹੈ ਔਰ ਸਾਨੂੰ ਨਿੱਘ ਮਿਲਦਾ। ਮਹਾਰਾਜ ਇੱਥੇ ਫਰਮਾਉਂਦੇ, ਬ੍ਰਹਮ ਗਿਆਨੀ ਕਾ ਇਹ ਗੁਣਾਓ, ਇਹੀ ਉਹਦਾ ਕਹਿੰਦੇ ਗੁਣ ਹੈ, ਬ੍ਰਹਮ ਗਿਆਨੀ ਕਾ ਇਹ ਗੁਣਾਓ ਨਾਨਕ ਜਿਉ ਪਾਵਕ ਕਾ, ਪਾਵਕ ਦਾ ਅਖਰੀ ਅਰਥ ਕਰਾਂਗੇ ਅੱਗ, ਸਹਿਜ ਸੁਭਾਓ, ਸੁੱਤੇ ਸਿੱਧ, ਆਪਣੇ ਆਪ ਉਹਦੇ ਅੰਦਰ ਇਹ ਗੁਣ ਹੈ, ਬ੍ਰਹਮ ਗਿਆਨੀ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਓ। ਅੱਗੇ ਮਹਾਰਾਜ ਦੂਸਰੇ ਪਦੇ ਚ ਫਰਮਾਉਂਦੇ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਚਲਾ। ਹੁਣ ਪਾਣੀ ਜਿਹੜਾ ਅਸੀਂ ਨਹਾਨੇ ਹੈ ਸਾਡੀ ਮੈਲ ਦੂਰ ਕਰਦਾ, ਕੱਪੜੇ ਧੋਨੇ ਹੈ ਕੱਪੜਿਆਂ ਦੀ ਮੈਲ ਦੂਰ ਕਰਦਾ, ਈਵਨ ਪਿੰਡਾਂ ਦੇ ਵਿੱਚ ਡੰਗਰਾਂ ਨੂੰ ਵੀ ਅਸੀਂ ਪਾਣੀ ਦੇ ਨਾਲ ਨਵਾਨੇ ਹਾਂ, ਉਹਨਾਂ ਦੇ ਕਿਨਾਰਿਆਂ ਤੇ ਖੜੇ ਕਰਕੇ ਉਹਨਾਂ ਦੀ ਮੈਲ ਦੂਰ ਕਰਦਾ, ਪਰੰਤੂ ਪਾਣੀ ਕਦੀ ਆਪ ਤਾਂ ਨਹੀਂ ਨਾ ਮੈਲਾ ਹੁੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ, ਬੜੇ ਧਿਆਨ ਦੇ ਨਾਲ ਸੁਣਿਓ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਇਹਨਾਂ ਦੇ ਨਾਲ, ਤੇ ਨਾਲ ਬਾਬਾ ਲਹਿਣਾ ਜੀ, ਹਲੇ ਗੁਰੂ ਤਾਂ ਗੱਦੀ ਤੇ ਬਿਰਾਜਮਾਨ ਨਹੀਂ ਹੋਏ, ਗੁਰੂ ਅੰਗਦ ਜੀ ਚੱਲ ਰਹੇ ਆ, ਤੇ ਚੱਲਦਿਆਂ ਚੱਲਦਿਆਂ ਮਹਾਰਾਜ ਦੇ ਹੱਥ ਵਿੱਚ ਲੋਟਾ ਸੀਗਾ।
ਮਹਾਰਾਜ ਨੇ ਉਹ ਲੋਟਾ ਜਿਹੜਾ ਚਿੱਕੜ ਦੇ ਵਿੱਚ ਸੁੱਟ ਦਿੱਤਾ ਤੇ ਬਾਬਾ ਸ਼੍ਰੀ ਚੰਦ ਨੂੰ ਕਿਹਾ ਪੁੱਤ ਲੋਟਾ ਡਿੱਗ ਗਿਆ ਤੇ ਪੁੱਤ ਚੱਕ ਲਿਆ ਬਾਪੂ ਘਰ ਕਿੰਨੇ ਲੋਟੇ ਪਏ ਆ ਜਾ ਕੇ ਲੈ ਲਵੀ ਚਿੱਕੜ ਚ ਕੌਣ ਵੜੇ ਮੈਂ ਮੈਲਾ ਹੋ ਜਾਵਾਂਗਾ ਚਿੱਕੜ ਮੈਨੂੰ ਲੱਗ ਜਾਵੇਗਾ ਬਾਬਾ ਲਖਮੀ ਦਾਸ ਨੂੰ ਕਿਹਾ ਲਖਮੀ ਦਾਸ ਦਾ ਵੀ ਇਹੋ ਜਵਾਬ ਹੈ ਕਹਿੰਦੇ ਬਾਪੂ ਜੀ ਛੱਡੋ ਪਰੇ ਅੱਗੇ ਚਲੀਏ ਫਿਰ ਉਹਨਾਂ ਨੇ ਬਾਬਾ ਲਹਿਣਾ ਜੀ ਨੂੰ ਕਿਹਾ ਬੜੇ ਧਿਆਨ ਦੇ ਨਾਲ ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦਾ ਹੁਕਮ ਪਾ ਕੇ ਨਾ ਤੇ ਉਸ ਚਿੱਕੜ ਦੇ ਵਿੱਚ ਵੜੇ ਹੈ ਚਿੱਕੜ ਦੇ ਵਿੱਚ ਵੜ ਕੇ ਮਹਾਰਾਜ ਨੇ ਲੋਟਾ ਬਾਹਰ ਕੱਢਿਆ ਜਿਹੜਾ ਆਪ ਚਿੱਕੜ ਦੇ ਵਿੱਚ ਨਹੀਂ ਵੜ ਸਕਦਾ ਉਹ ਦੁਨੀਆਂ ਦਾ ਚਿੱਕੜ ਕਿੱਦਾਂ ਦੂਰ ਕਰੂ ਜਿਹੜਾ ਜਿਹਨੂੰ ਇਹ ਡਰ ਹੈ ਕਿ ਜੇ ਮੈਂ ਚਿੱਕੜ ਵਿੱਚ ਵੜ ਗਿਆ ਤੇ ਚਿੱਕੜ ਮੈਨੂੰ ਮੈਲਾ ਕਰ ਦੇਵੇਗਾ ਤੇ ਉਹ ਦੁਨੀਆਂ ਦਾ ਚਿੱਕੜ ਕਿੱਥੋਂ ਦੂਰ ਕਰ ਸਕਦਾ ਇੱਥੇ ਫਿਰ ਮਹਾਰਾਜ ਕਹਿੰਦੇ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਪਾਣੀ ਦੇ ਨਾਲ ਅਸੀਂ ਮੈਲ ਪਾਣੀ ਮੈਲਾ ਨਹੀਂ ਹੁੰਦਾ ਉਹ ਸਿਰਫ ਸਾਡੀ ਮੈਲ ਨੂੰ ਜਿਹੜਾ ਹੈ ਉਹ ਦੂਰ ਕਰਦਾ ਬ੍ਰਹਮ ਗਿਆਨੀ ਵੀ ਨਿਰਮਲ ਤੇ ਨਿਰਮਲਾ ਉਹ ਹਮੇਸ਼ਾ ਹੀ ਸਵੱਛ ਰਹਿੰਦਾ ਉਹਦੇ ਅੰਦਰ ਉਹਦੇ ਸਰੀਰ ਨੂੰ ਉਹਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਕਿਸਮ ਦਾ ਜਿਹੜਾ ਦਾਗ ਹੈ ਉਹ ਨਹੀਂ ਲੱਗਦਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਬ੍ਰਹਮ ਗਿਆਨੀ ਦਾ ਜਿਹੜਾ ਮਨ ਹੈ ਪ੍ਰਗਾਸ ਉਹਦੇ ਅੰਦਰ ਚਾਨਣ ਹੈ ਰੋਸ਼ਨੀ ਹੈ ਜੀ ਉਹ ਰੋਸ਼ਨੀ ਕੀ ਦੱਸਦੀ ਪਈ ਹੈ ਉਹਨੂੰ ਉਹ ਰੋਸ਼ਨੀ ਦੱਸਦੀ ਪਈ ਹੈ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹੇ ਉਹਨੂੰ ਪਰਮਾਤਮਾ ਹਰ ਇੱਕ ਜਗ੍ਹਾ ਤੇ ਦਿਖਾਈ ਦਿੰਦਾ ਹੈ ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ ਇਤਨਾ ਚਾਨਣ ਹੈ ਉਹਦੇ ਅੰਦਰ ਚਾਨਣ ਦਾ ਇੱਕ ਨਾ ਆਪਾਂ ਪ੍ਰਮਾਣ ਲੈ ਲਈਏ ਉਹਦੇ ਅੰਦਰ ਜਾਂ ਇਹਦੇ ਸੌਖੇ ਅਰਥ ਕਰ ਲਈਏ ਉਹਦੇ ਅੰਦਰ ਦੀਵਾ ਬਲਿਆ ਹੋਇਆ ਜਿਹਨੂੰ ਮਹਾਰਾਜ ਕਹਿੰਦੇ ਹੈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਕੌਣ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਉਹ ਆਪ ਦਾ ਚਾਨਣ ਹੋਇਆ ਪਰੰਤੂ ਉਹਨੇ ਜਿਹੜੇ ਕੀਤੇ ਹੋਏ ਪਾਪ ਤੇ ਵਿਕਾਰ ਹੈ ਉਹਨਾਂ ਨੂੰ ਐਬਜ਼ੋਰਬ ਕਰ ਲਿਆ ਉਹਨਾਂ ਨੂੰ ਸੋਖ ਲਿਆ ਉਹਨਾਂ ਨੂੰ ਖਤਮ ਕਰ ਲਿਆ ਇੱਕ ਹੋਰ ਪਰਮਾਨ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਪ੍ਰਕਾਸ਼ ਹੈ ਜੀ ਕਿਉਂਕਿ ਸ਼ਬਦ ਨਾਲ ਜੁੜਿਆ ਹੋਇਆ ਇੱਕ ਹੋਰ ਪਰਮਾਨ ਜੀ ਸੁਰਤੀ ਸੁਰਤ ਰਲਾਈਏ ਏਕ ਤਨਕਰ ਤੁਲਹਾ ਲੰਘੇ ਜੇਤ ਤਨਕਰ ਤੁਲਹਾ ਲੰਘੇ ਜੇਤ ਮਹਾਰਾਜ ਕਹਿੰਦੇ ਹੈ ਸੁਰਤੀ ਸੁਰਤ ਆਪਣੀ ਸੁਰਤ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਦੇ ਤਨਕਰ ਤੁਲਹਾ ਲੰਘੇ ਜੇਤ ਫਿਰ ਮਹਾਰਾਜ ਕਹਿੰਦੇ ਅਗਨ ਭਾਏ ਭਾਏ ਅਗਨ ਤੂੰ ਰੱਖ ਅੰਦਰ ਤੂੰ ਰੱਖ ਦੀਵਾ ਬਲੇ ਫਿਰ ਤੇਰੇ ਅੰਦਰ ਜਿਹੜਾ ਦੀਵਾ ਨਾ ਉਹ ਅਥੱਕ ਜਿਹੜਾ ਉਹ ਕਦੀ ਵੀ ਅਹਿਨਸ ਦੀਵਾ ਬਲੇ ਅਥੱਕ ਉਹ ਤੇਰੇ ਅੰਦਰ ਦਿਨ ਤੇ ਰਾਤ ਜਿਹੜਾ ਨਾ ਦੀਵਾ ਪ੍ਰਕਾਸ਼ ਜਿਹੜਾ ਰੂਹਾਨੀਅਤ ਦਾ ਗਿਆਨ ਹੈ ਉਹ ਤੇਰੇ ਅੰਦਰ ਦੀਵਾ ਜਿਹੜਾ ਬਲ ਜਾਵੇਗਾ ਮਹਾਰਾਜ ਫਰਮਾਉਂਦੇ ਬ੍ਰਹਮ ਗਿਆਨੀ ਕੈ ਮਨ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ ਜੈਸੇ ਤਰ ਉਪਰ ਆਕਾਸ਼ ਜਿੱਦਾਂ ਧਰਤੀ ਦੇ ਉੱਪਰ ਆਸਮਾਨ ਹੈ ਉਹ ਸਾਰੀ ਧਰਤੀ ਤੇ ਸਾਂਝਾ ਸਾਰਿਆਂ ਦੇ ਵਾਸਤੇ ਧਰਤੀ ਕਹਿੰਦੀ ਸਾਂਝਾ ਆਸਮਾਨ ਹੈ ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਪ੍ਰਕਾਸ਼ ਉਹਦੇ ਉਹਨੂੰ ਹਰ ਇੱਕ ਦੇ ਅੰਦਰ ਬ੍ਰਹਮ ਦਿਸੇ ਬ੍ਰਹਮ ਸੁਣੀਐ ਏਕ ਉਹਦੇ ਅੰਦਰ ਉਹਨੂੰ ਹਰ ਇੱਕ ਦੇ ਅੰਦਰ ਪਰਿਪੂਰਨ ਪਰਮਾਤਮਾ ਜਿਹੜਾ ਦਿਖਾਈ ਦੇ ਰਿਹਾ ਜੈਸੇ ਤਰ ਉਪਰ ਆਕਾਸ਼ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬੜਾ ਔਖਾ ਜੀ
ਮਿੱਤਰ ਦੇ ਵਿੱਚ ਵੀ ਦੁਸ਼ਮਣ ਦੇ ਵਿੱਚ ਵੀ ਮਿੱਤਰਤਾ ਹੀ ਦੇਖਣੀ ਬਹੁਤ ਔਖਾ ਜੀ, ਮੇਰੇ ਵਾਸਤੇ ਤੇ ਬਹੁਤ ਔਖਾ। ਬ੍ਰਹਮ ਗਿਆਨੀ ਦੇ ਵਾ ਇਹ ਗੁਣ ਹੈ ਜੀ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ। ਇਹ ਗੁਰੂ ਅਰਜੁਨ ਦੇਵ ਜੀ ਮਹਾਰਾਜ, ਜਹਾਂਗੀਰ ਆਇਆ, ਮੁਰਤਜਾ ਖਾਂ ਆਇਆ, ਮਹਾਰਾਜ ਨੇ ਉਹਨੂੰ ਵੀ ਕਿਹਾ ਕਹਿੰਦੇ ਮੁਰਤਜਾ ਖਾਂ ਤੇਰਾ ਭਲਾ ਹੋਵੇ, ਜਹਾਂਗੀਰ ਤੇਰਾ ਭਲਾ ਹੋਵੇ। ਕਹਿੰਦੇ ਮਹਾਰਾਜ ਇੱਥੇ ਫਰਮਾਉਂਦੇ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਉਹਦੇ ਵਾਸਤੇ ਉਹਦੇ ਕੋਲ ਮਿੱਤਰ ਆ ਜਾਵੇ, ਉਹਦੇ ਕੋਲ ਦੁਸ਼ਮਣ ਆ ਜਾਵੇ, ਉਹ ਸਾਰਿਆਂ ਨੂੰ ਤੇ ਵੈਸੇ ਵੀ ਗੁਰੂ ਘਰ ਦਾ ਫਲਸਫਾ ਇਹੀ ਹੈ ਜੀ। ਜਿਨ੍ਹਾਂ ਨੇ ਅੱਜ ਤੋਂ ਕੁਛ ਸਾਲ ਪਹਿਲਾਂ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ, ਸਾਡੀਆਂ ਧੀਆਂ ਸਾਡੀਆਂ ਭੈਣਾਂ ਦੀ ਬੇਪਤੀ ਕੀਤੀ ਹੈ, ਜੇ ਕਿਤੇ ਅੱਜ ਵੀ ਉਹ ਆ ਜਾਣ, ਫਿਰ ਮਹਾਰਾਜ ਕਹਿੰਦੇ ਆ ਜੋ ਸ਼ਰਨ ਆਵੇ ਇਸ ਕੰਠ ਲਾਵੇ। ਪਰੰਤੂ ਅੱਗੇ ਤੋਂ ਤੋਬਾ ਹੋਣੀ ਚਾਹੀਦੀ, ਅੱਗੇ ਤੋਂ ਤੋਬਾ ਹੋਣੀ ਚਾਹੀਦੀ, ਜੋ ਸ਼ਰਨ ਆਵੇ। ਇਹ ਗੁਰੂ ਘਰ ਦਾ ਅਸੂਲ ਹੈ ਜੀ, ਇਹ ਸਿੱਖ ਧਰਮ ਦਾ ਵੱਖਰਾ ਇੱਕ ਫਿਲੋਸਫੀ ਹੈ ਜੀ, ਵੱਖਰਾ ਇੱਕ ਵਿਲੱਖਣ ਇੱਕ ਸਿਧਾਂਤ ਹੈ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ, ਉਹਦੇ ਅੰਦਰ ਹੰਕਾਰ ਨਹੀਂ ਆ। ਆਖਰੀ ਪ੍ਰਮਾਣ ਇੱਥੇ ਦੇ ਕੇ ਅੱਗੇ ਚੱਲਾਂ। ਇਸ ਯੁੱਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ ਜੀ, ਆ ਪੰਕਤੀ ਐਵੇਂ ਨਾ ਜਿਹਨੂੰ ਮਰਜ਼ੀ ਬ੍ਰਹਮ ਗਿਆਨੀ ਕਹਿ ਦਿਆ ਕਰੋ। ਇਸ ਯੁੱਗ ਮੈਂ ਕੋ ਬਿਰਲਾ, ਗੁਰੂ ਅਮਰਦਾਸ ਜੀ ਮਹਾਰਾਜ ਦਾ ਬਚਨ ਹੈ, ਇਸ ਯੁੱਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ ਹੋਮੇ ਮੇਟ ਸਮਾਏ, ਜਿਹਨੇ ਆਪਣੇ ਅੰਦਰ ਦੀ ਹੋਮੇ ਖਤਮ ਕਰਤੀ ਹੈ ਤੇ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਗਿਆ। ਨਾਨਕ ਲੀਨ ਪਿਓ ਗੋਬਿੰਦ ਸਿਉ ਜਿਉ ਪਾਣੀ ਸੰਗ, ਪਾਣੀ ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ। ਇਹ ਹੈ ਬ੍ਰਹਮ ਗਿਆਨ। ਇਸ ਯੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ, ਜੇ ਹੋਮੇ ਮੇਟ ਹੋਮੇ ਖਤਮ ਕਰਤੀ, ਮੇਟ ਸਮਾਏ ਉਹ ਪਰਮਾਤਮਾ ਦੇ ਨਾਲ ਸਮਾ ਗਿਆ, ਉਹ ਇੱਕ ਹੋ ਗਿਆ। ਬ੍ਰਹਮ ਗਿਆਨੀ ਕੇ ਨਾ ਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਦੇ, ਆਤਮਕ ਅਵਸਥਾ ਦੇ ਵਿੱਚ ਉੱਚਾ ਹੈ ਲੇਕਿਨ ਅੰਦਰ ਉਹਦੇ ਨਿਮਰਤਾ, ਨੀਚ ਤੇ ਨੀਚਾ ਅੰਦਰ ਉਹਦੇ ਨਿਮਰਤਾ। ਮਹਾਰਾਜ ਫਰਮਾਉਂਦੇ ਬ੍ਰਹਮ ਗਿਆਨੀ ਸੇ ਜਨ ਭਏ, ਇੱਥੇ ਨਾ ਮਹਾਰਾਜ ਨੇ ਨਿਸਤਾਰਾ ਕਰਤਾ। ਕਹਿੰਦੇ ਦੁਨੀਆਂ ਦੇ ਲੋਕੋ ਤੁਸੀਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਹੋ, ਬਿਲਕੁਲ ਨਹੀਂ। ਬ੍ਰਹਮ ਗਿਆਨੀ ਸੇ ਜਨ ਭਏ, ਉਹ ਬ੍ਰਹਮ ਗਿਆਨੀ ਬਣੇਗਾ ਨਾਨਕ ਜਿਨ ਪ੍ਰਭ ਆਪ ਕਰੇ, ਜਿਹਨੂੰ ਪਰਮਾਤਮਾ ਆਪ ਬਣਾਵੇ, ਜਿਹਨੂੰ ਪਰਮਾਤਮਾ ਆਪ ਬਣਾਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਸੇ ਲਈ ਪਾਠ ਸਾਹਿਬਾਨ ਕਹਿੰਦੇ, ਫਿਰ ਸਵਈਆ ਮੈਂ ਦੁਹਰਾਵਾਂ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜਨਮ ਤੋਂ ਗੁਰੂ ਦੀ ਮੱਤ ਲੈ ਕੇ ਪਰਿਪੂਰਨ ਪਰਮਾਤਮਾ ਦੇ ਨਾਲ ਜੁੜੇ ਹੋ, ਤੁਹਾਨੂੰ ਬ੍ਰਹਮ ਦੀ ਪਹਿਚਾਣ ਹੈ, ਤੁਸੀਂ ਬਚਪਨ ਤੋਂ ਹੀ। ਹਾਂ, ਅੱਜ ਤੱਕ ਅਸੀਂ ਮਰਦਾਂ ਨੂੰ ਬ੍ਰਹਮ ਗਿਆਨੀ ਕਿਹਾ ਕਿ ਮਾਤਾ ਗੁਜਰ ਕੌਰ ਬ੍ਰਹਮ ਗਿਆਨੀ ਨਹੀਂ ਸੀਗੇ, ਕੀ ਮਾਤਾ ਗੁਜਰ ਕੌਰ ਬ੍ਰਹਮ ਗਿਆਨੀ ਨਹੀਂ ਸੀਗੇ, ਕੀ ਮਾਤਾ ਸੁਲੱਖਣੀ ਜੀ, ਕੀ ਮਾਤਾ ਖੀਵੀ ਜੀ, ਇਹ ਬ੍ਰਹਮ ਗਿਆਨੀ ਨਹੀਂ ਸੀਗੇ। ਇਹ ਵੀ ਬ੍ਰਹਮ ਗਿਆਨੀ ਦੀਆਂ ਮੂਰਤਾਂ ਸਨ। ਇੰਨੀਆਂ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਪਾਠ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ।
ਹੋਈਆਂ ਭੁੱਲਾਂ ਚੋਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।